जो दिन आवे सो दिन संत राजन है
देखक तुम न झूठी है लेकिन भूलन हार रक्षण हार वाहेगुरु 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 पंथ दे वाली अमृत दाते सब थाई हो जाए दसा पाशियां छता सुख तंग चौर दे मालक श्री गुरु ग्रंथ साहिब जी दे पाठ दर्शन दी दार दा ध्यान दा करो जी बना प्यारे आ चौ सजा दे चाले मुखे हटिया जपिया तपिया जेरा ते नाम जपिया वण छगया देख जलाई देख भाई धर्म हेठ से फकरी हटवाया बंद बंद कटवाए आरा न सी चा देगा जवाल के चरखे चढ़े ਟੁਕੜਾ ਟੁਕੜਾ ਕਰਵਾ ਬੱਚਿਆਂ ਝੋਲੇ ਚ ਪਾਇਆ ਸਿੱਖੀ ਸਿੱਖੇ ਸਾਂ ਸਵਾਸਾ ਸੰਗ ਨਵਾਇਆ ਦੇਖ ਕੇ ਨੁਟਾ ਗੁਰਦੁਆਰੇ ਸਾਹਿਬਾਂ ਨੇ ਕਰਵਾਣੇ ਕੇ ਧਰਮ ਨੇ ਹਾਰਿਆ ਤੇਰਾ ਸਮੋਹ ਸ਼ੀ ਸਿੰਘਾਂ ਕਹਿੰਦੇ ਜੀ ਸੰਤਾਂ ਭਗਤਾਂ ਦੀ ਕਮਾਈ ਦਾ ਧਿਆਨ ਦਾ ਬੋਲੋ ਜੀ ਪੰਜਾਂ ਤਖਤਾਂ ਸਰਕਾਰ ਦਸਾਂ ਚ ਪੰਜ ਆਪ ਜੀ ਦਾ ਬੱਚਾ ਭਾਈ ਜਸਵਿੰਦਰ ਸਿੰਘ ਜੀ ਗਾਂਧੀ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਇਕੱਲੇ ਹੋਏ ਆਏ ਸੀ ਉਹਨਾਂ ਨੇ ਬੜੇ ਪਰਪਕਾਰ ਕੀਤੇ ਸੱਚੇ ਪਾਤਸ਼ਾਹ ਉਹਨਾਂ ਨੇ ਬੱਚਿਆਂ ਦੇ ਪੜ੍ਹਾਉਣ ਵਾਸਤੇ ਅਕੈਡਮੀ ਬਣਾਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵਾਕ ਦੇ ਅਨੁਸਾਰ ਆਪ ਉਹਨਾਂ ਨੇ ਜੀਵਨ ਬਤੀਤ ਕੀਤਾ ਪਰਮ ਗੁਰਮੁਖ ਬਤੀਤ ਕੀਤਾ ਆਪ ਦੇ ਹੁਕਮ ਦੇ ਵਿੱਚ ਆਪ ਨੇ ਬੁਲਾ ਲਿਆ ਉਹਨਾਂ ਨੂੰ ਫਿਰ ਮਹਾਂਪੁਰਸ਼ ਬਣਾ ਕੇ ਇੱਥੇ ਭੇਜੋ ਮਹਾਰਾਜ ਇਸ ਸੰਸਾਰ 'ਚ ਤਾਂ ਜੋ ਆਪ ਜੀ ਦੇ ਹੁਕਮ ਵਿੱਚ ਪਰਪਕਾਰ ਦੇ ਕੰਮ ਕਰਕੇ ਆਪ ਜੀ ਦੀ ਹੋਰ ਖੁਸ਼ੀ ਰਹਿਣ ਪਰਿਵਾਰ ਅਤੇ ਮਿਹਰ ਪਰ ਅੱਖਾਂ 'ਚ ਗੀਤਾ ਮਗਰ ਨਾਮ ਨਾਲ ਚੜ੍ਹਦੀ ਕਰਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪਿਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਿਰਤ ਪਾਲੋ ਹਮ ਵਾਰਕ ਤੁਮਰੇ ਤਾਰੇ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਸੰਗਤ ਹੱਥ ਵਸੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਅੱਜ ਅਸੀਂ ਭਾਈ ਜਸਵਿੰਦਰ ਸਿੰਘ ਜੀ ਦੀ ਲਾਲੀ ਜੀ ਦੀ ਯਾਦ 'ਚ ਇੱਥੇ ਬੈਠੇ ਹਾਂ ਜੋ ਆਪਣਾ ਸੰਸਾਰ 'ਚ ਆ ਕੇ ਆਪਣਾ ਜੀਵਨ ਸਫਲਾ ਕਰਕੇ ਨਾਮ ਬਣ ਜਪ ਕੇ ਹਰ ਉਕਾਰ ਦੇ ਕੰਮ ਕਰਕੇ ਆਪ ਜੀ ਦੇ ਹੁਕਮ ਦੇ ਵਿੱਚ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਭੇਜਿਆ ਸੀ ਸਕਾਲ ਦੇ ਹੁਕਮ ਵਿੱਚ ਮੋਹਰ ਲੈ ਗਿਆ ਉਹਨਾਂ ਨੂੰ ਆਇਆ ਲਾ 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 ਲ
Yeah.
सामने कथा कीर्तन होगा क्योंकि टाइम कुछ डिवाइड हो गया। सो चलो जो संगत की मर्जी उस विछड़ी आत्मा लई अज क्योंकि पहले सहज पाठ होया विछड़ी आत्मा लई क्योंकि कोई भी माई भाई कल चलना कर जाए तीन साधन प्रवानित हैं गुरबाणी पाठ गुरबाणी कीर्तन और अरदास और कीर्तन भी वैरागमयी इसलिए पाठ हो चुकिया है कीर्तन हो रहा है अरदास होएगी। गुरु ग्रंथ साहब का पंडाल है मैं जो आया वेख रहा सी कई भाई एनक ला के अखबार पढ़ी जाते उदो लगता पब्लिक लाइब्रेरी है शायद पब्लिक लाइब्रेरी है अखबार पढ़ी जा रही। दूसरी गल जे तुसी आए हो समा कट के वो समा अपना लेखे विच बच्चे ने शब्द पढ़े सोहनी गल कीर्तन कीता बहुत वधिया क्लासिकल। सो यही हुक्म पातशाह दा मैं पिछे कीर्तन करियो निर्वाण जीव जे कीर्तन नहीं तो महाराज नूं पुछे फिर की करिए महाराज कहिंदे हर हर कथा पढ़ियो कथा कर लो जो उन्हें लिखिया महाराज ने भी अखबार पढ़ लो बिच पर वो अकाल चलना कर गए वो पिछे परिवार लई दुख है उन्होंने धर्म बदली जीवन साथी उन्होंने सब तो वध दुख है दलजिंदर कौर लई उन्होंने बहुत वड्डा दुखांत है। फिर बेटे हैं सरदार हरिंदर वीर सिंह काका चेयरमैन पी ए डी वी सदाम उन्होंने दुख है बाप का साया सिर तो उठ गए। दूसरे बेटे सरदार जोतवीर सिंह उन्होंने दुखांत है। एक बेटी हरवीर कौर उन्होंने दुखांत है क्योंकि धियाँ दूर रही माँ बाप बड़ा मोह हों और इस परिवार लई ज़्यादा दुख है। जे तुसी कहो भी सानू बहुत दुख है तो झूठ मार रहे होंगे बिल्कुल जब मैं भी कहाँ भी मैनू बहुत दुख है मैं 100 किलोमीटर तो चल के आया क्योंकि जान पछाण नहीं हाँ अखबार में जरूर पढ़िया सी खबर आई सी हाँ परिवार लई दुख है ये मतलब इन्हें भी दुख है नहीं दुख है। इस करके जिन्ना रिलेशन खून का ब्लड का नेड़े उन्होंने बहुत है उन्होंने दोस्तों मित्रों उन्होंने प्यार बनने बहुत बड़ा दुख है। अज
ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਗੁਰਬਾਣੀ ਕਥਾ ਕੀਰਤਨ, ਉਹਨਾਂ ਦੀ ਮੌਤ ਹੋਈ ਹੈ ਜੋ ਕਿ ਸਾਨੂੰ ਚੰਗੀ ਨਹੀਂ ਲੱਗਦੀ, ਸਾਨੂੰ ਆਪਣੀ ਮੌਤ ਵੀ ਨਹੀਂ ਚੰਗੀ ਲੱਗਦੀ। ਔਰ ਇੱਕ ਪੰਕਤੀ ਦੀ ਵਿਆਖਿਆ ਆਪਦੇ ਸਾਹਮਣੇ ਰੱਖਣੀ ਹੈ, ਕਿਉਂਕਿ ਕੀਰਤਨ ਤੁਸੀਂ ਕਲਾਸੀਕਲ ਬਹੁਤ ਸ਼ਬਦ ਸੁਣੇ, ਪਰ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਸਭ ਕੋਈ ਦੇਖਦਾ, ਜੇਤਾ ਜਗਤ ਸੰਸਾਰ, ਜਿੱਠਿਆ ਮੁਕਤ ਨਾ ਹੋਈ ਜਿੱਚਰ ਸ਼ਬਦ ਨਾ ਕਰੇ ਵਿਚਾਰ। ਅੱਜ ਆਪਾਂ ਉਹ ਗੱਲ ਕਰਨੀ ਹੈ ਜਿਹੜੀ ਆਪਣੇ ਲਈ ਵੀ ਸਹਾਇਕ ਹੋਵੇ ਅਤੇ ਉਹਦੀ ਰੂਹ ਲਈ ਵੀ ਸਹਾਇਕ ਹੋਵੇ। ਇਸ ਕਰਕੇ ਦੋ ਬੇਨਤੀਆਂ ਹੋਰ ਕਰਦੇ, ਮੈਂ ਪਾਣੀ ਬੰਦ ਕਰ ਦਿੱਤਾ। ਦੂਸਰੀ ਬੇਨਤੀ, ਸਵਿਚ ਔਫ ਯੂਅਰ ਮੋਬਾਈਲ ਸ਼ੁੱਡ ਬੀ ਸਾਈਲੈਂਟ ਵਾਈਬ੍ਰੇਸ਼ਨ, ਕਿਸੇ ਮੋਬਾਈਲ ਦੀ ਘੰਟੀ ਨਾ ਵੱਜੇ, ਕਿਉਂਕਿ ਜੇ ਜੁੜੋਗੇ ਅਰਦਾਸ ਵਿੱਚ, ਮੈਂ ਪੁੱਛਦਾ ਵੀ ਜੱਜ ਦੇ ਸਾਹਮਣੇ ਕੋਰਟ ਵਿੱਚ ਤੁਹਾਡਾ ਮੋਬਾਈਲ ਚੱਲਦਾ ਹੁੰਦਾ? ਜੱਜ ਦੇ ਸਾਹਮਣੇ ਕਿਸੇ ਨੇ ਮੋਬਾਈਲ ਚਲਾਇਆ? ਡੀ ਸੀ ਦੇ ਦਫ਼ਤਰ ਵਿੱਚ, ਡੀ ਐੱਸ ਪੀ ਦੇ ਉੱਥੇ ਬੰਦ ਕਰ ਲੈਂਦੇ, ਪਤਾ ਕਿਉਂ? ਵੀ ਆਫਿਸਰ ਬਹੁਤ ਵੱਡਾ ਹੈ ਉਹ ਗੁਰਮੁਖ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਡੀ ਸੀ ਤੋਂ ਘੱਟ ਨੇ ਸਾਡੇ। ਇੱਥੇ ਤਾਂ ਜੱਜ ਵੀ ਝੁਕੇਗਾ, ਪੀ ਐੱਮ ਪ੍ਰਾਈਮ ਮਿਨਿਸਟਰ ਵੀ ਝੁਕੇਗਾ, ਚੀਫ ਮਿਨਿਸਟਰ ਵੀ ਝੁਕੇਗਾ, ਸਭ ਤੋਂ ਵੱਡਾ ਸਤਿਗੁਰੂ ਨਾਲ। ਵਾਹ ਵਾਹ ਬਾਣੀ ਨਿਰੰਕਾਰ ਹੈ ਅਤੇ ਸਜੇਵੜ ਅਵਰਨਾ ਕੋਈ ਨਹੀਂ। ਜੇ ਮੋਬਾਈਲ ਨਾਲ ਜੁੜਨਾ ਤਾਂ ਬੇਸ਼ੱਕ ਪੰਡਾਲ 'ਚੋਂ ਬਾਹਰ ਰਹੋ, ਅਰਦਾਸ ਅਸੀਂ ਕਰ ਲਵਾਂਗੇ ਇਹਦੇ ਵਿੱਚ। ਅਤੇ ਦੂਸਰੀ ਗੱਲ ਇਹ ਵੀ ਕਿ ਨੌਜਵਾਨਾਂ ਦੇ ਟੋਨਾਂ ਲਗਾਈਆਂ ਲੱਚਰ, ਟੋਨਾਂ ਸ਼ਬਦ ਨਹੀਂ ਲਵਾਏ ਲੱਚਰ, ਕਿਉਂਕਿ ਅੰਤਸ਼ਕਰਨ ਗੰਦਾ ਹੈ, ਜਿਹੀ ਜਿਹੀ ਖੁਰਾਕ ਹੈ ਉਹੋ ਜਿਹੀ ਖਾਂਦਾ। ਅੱਜ ਕਿਸੇ ਦੀ ਮੋਬਾਈਲ ਦੀ ਟੋਨ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕੀ ਹੋ ਜਾਏ, ਕਿਉਂਕਿ ਲੱਚਰ ਗੰਦਾ ਸੁਣਦਾ ਅਤੇ ਦੂਸਰਿਆਂ ਨੂੰ ਵੀ ਗੰਦਾ ਸੁਣਦਾ। ਇਸ ਕਰਕੇ ਉਹ ਸਰੰਗਲੇ ਸੱਜਣ ਲਈ ਅਰਦਾਸ ਵਿੱਚ ਜੁੜਨ ਆਏ ਹੋ ਤਾਂ ਜੁੜੋ, ਕਥਾ ਵਿੱਚ ਜੁੜਨਾ ਹੈ ਤਾਂ ਜੁੜੋ। ਇਸ ਕਰਕੇ ਆਓ, ਇੱਕ ਪੰਕਤੀ ਦੀ ਵਿਆਖਿਆ ਆਪਦੇ ਸਾਹਮਣੇ ਰੱਖਣੀ ਹੈ, ਕਬੀਰ ਸਾਹਿਬ ਦਾ ਸਲੋਕ, ਕਬੀਰ ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣਿਆ ਕੋਈ। ਮਾਰੇ ਕਹਿੰਦੇ ਕਿਸੇ ਨੂੰ ਮਰਨਾ ਆਉਂਦਾ ਹੀ ਨਹੀਂ, ਸੱਚਾਈ ਹੈ। ਕਬੀਰ ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣਿਆ ਕੋਈ। ਤੁਸੀਂ ਕਹੋਗੇ ਮਰਨਾ ਕਿਉਂ ਨਹੀਂ ਆਉਂਦਾ, ਅਸੀਂ ਵਾਹਾ ਲੈ ਲਾਂਗੇ ਮਿੰਟ 'ਚ, ਅਸੀਂ ਸਲਫਾਜ ਦੀ ਗੋਲੀ ਖਾ ਸਕਦੇ ਹਾਂ। ਮਹਾਰਾਜ ਤਰਕ ਕਰੋਗੇ ਨਾ, ਪਰ ਅੱਗੇ ਚੱਲ ਕੇ ਪਤਾ ਚੱਲੂ ਕੰਡੀਸ਼ਨ ਲਾਈ ਹੈ। ਕਬੀਰ ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣਿਆ ਕੋਏ, ਮਰ ਵੀ ਨਾ ਜਾਣਿਆ ਕੋਏ। ਐਸੇ ਮਰਨੇ ਜੋ ਮਰੇ, ਐਸੇ ਮਰਨੇ, ਮਾਰੇ ਕਹਿੰਦੇ ਐਸੇ ਮਰੋ ਜੇ ਬਹੁਰ ਨਾ ਮਰਨਾ, ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ। ਇਹਦਾ ਮਤਲਬ ਇਹ ਨਹੀਂ ਸਰਫਾਸ ਦੀ ਗੋਲੀ ਖਾ ਕੇ ਮਰ ਜਾਓ ਜਾਂ ਫਾਹਾ ਲੈ ਕੇ ਮਰ ਜਾਓ। ਇੱਕ ਸੂਤਰ ਹੈ, ਇੱਕ ਮੈਥਡ ਹੈ ਵੀ ਸਰੀਰ ਛੱਡਣਾ ਕਿਵੇਂ ਹੈ, ਇਸੇ ਗੱਲ ਨੂੰ ਪਾਤਸ਼ਾਹ ਕਹਿੰਦੇ ਹੈ। ਕਬੀਰ ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ। ਉਸ ਢੰਗ ਨਾਲ ਮਰਿਆ ਜਾਏ ਕਿ ਜਨਮ ਮਰਨ ਦੇ ਗੇੜ ਵਿੱਚੋਂ ਨਿਕਲੀ ਜਾਈਏ। ਆਓ ਇਸ ਪੰਕਤੀ ਦਾ ਪਹਿਲੇ ਕੀਰਤਨ, ਉਸ ਤੋਂ ਬਾਅਦ ਇਹਦੇ ਵਿੱਚ ਕਿਉਂਕਿ ਰਮਜ਼ ਹੈ ਔਰ ਰਹੱਸ ਹੈ, ਔਰ ਜਿਹੜਾ ਰਸ ਹੈ ਨਾ ਉੱਤੇ ਉੱਤੇ ਨਹੀਂ ਪਿਆ ਹੁੰਦਾ ਗੁਰਮੁਖੋ, ਜਿੰਨੇ ਕੀਮਤੀ ਰਸ ਹੈ ਨਾ ਪਰਦੇ ਦੇ ਅੰਦਰ ਬੰਦ ਹੈ, ਬਦਾਮ ਰੋਗਨ ਹੈ ਉੱਪਰ ਲੱਕੜ ਦਾ ਖੋਲ ਹੈ, ਕੁਝ ਗਿਰੀ ਹੈ ਉਹਦੇ ਵਿੱਚ ਉਹਦਾ ਤੇਲ ਸਪੈਲਰਾਂ ਨਾਲ ਕੱਢਿਆ ਜਾਂਦਾ, ਪਸ਼ੂ ਉੱਥੋਂ ਤੱਕ ਨਹੀਂ ਪਹੁੰਚਦੇ। ਇਸੇ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਵਿੱਚ ਵੀ ਰਸ ਹੈ, ਰਮਜ਼ ਹੈ, ਪਰ ਪਸ਼ੂ ਬਿਰਤੀ ਦੇ ਵਿਅਕਤੀ ਉੱਥੋਂ ਤੱਕ ਨਹੀਂ ਪਹੁੰਚਦੇ। ਇਸ ਕਰਕੇ ਆਪਾਂ ਰਸ ਕੱਢਣਾ ਹੈ, ਰਮਜ਼ ਪ੍ਰਾਪਤ ਕਰਨੀ ਹੈ। ਗੁਰੂ ਕਿਰਪਾ ਕਰੇ ਅਸੀਂ ਕਥਾ ਕੀਰਤਨ ਜੁੜ ਜਾਈਏ, ਆਪਣੀ ਸੁਰਤੀ ਇਕਾਗਰ ਕਰਕੇ। ਦੂਸਰੀ ਗੱਲ, ਜਿਹੜਾ ਅਸਲੀ ਸਰੋਤ ਹੈ, ਅਸਲੀ ਵਕਤ ਹੈ, ਉਹ ਤਾਂ ਅੱਖਾਂ ਵਿੱਚ ਕੇ ਬੈਠ ਜਾਂਦਾ, ਧਰਮ ਦੀ ਕਲਾ ਸੁਣਨ 'ਤੇ ਖੜੀ ਹੈ ਨਾ ਕਿ ਦੇਖਣ 'ਤੇ। ਇਸ ਕਰਕੇ ਆਓ, ਮਨ ਮੈਂ ਮਨੁਆ ਚਿੱਤ ਮੈਂ ਜੀਤਾ, ਐਸੇ ਹਰ ਕੇ ਲੋਕ ਅਤੀਤਾ। ਗੁਰੂ ਪਾਤਸ਼ਾਹ ਇਸ ਪੰਕਤੀ ਦੁਆਰਾ ਕਬੀਰ ਮਰਤਾ ਮਰਤਾ
जग मोआ मर भी न जाने को मरता मरता जग मोआ मर भी न जाने को मर भी न जाने को ऐसे मरने जो मरे ऐसे मरने जो मरे ऐसे मरने जो मरे ऐसे मरने जो मरे बहुरे न मरना होए बहुरे न मरना सत्संग जी संसार विच सब तो वड्डा डर मौत दा है इहदे वड्डा कोई डर नहीं ते सब तो वड्डी सज़ा की है सजाए मौत फांसी की सज़ा साढ़े देश में चलती है इंग्लैंड विच बंद कर दी है कारण सिख पाकिस्तान वाले ने बंद कर दी सी जो तालिबान ने फौजियों के बच्चे मारते फिर लागू कर दी सब तो वड्डी सजाए मौत सज़ा और आप मरना नहीं चाहते सरदार जसविंदर सिंह जी मरना नहीं सी चाहते इलाज चल रहा सी हॉस्पिटल पहुँचे क्योंकि जो भी मौत का खतरा खड़ा होंगे ना आप अपने ला के वेखो किसी का मरण जी नहीं करता उस वाहगुरु ने सृष्टि यहोजी बनाई है बिल्कुल मरते दम तक बंदा आसी जिंदा है भी जीना है सब तो वड्डा लालच की है ना प्रॉपर्टी नालों धन दौलत सोने नालों जीवन का लालच इतों तक जीवन का लालच यह है भई पंछियों भी पशुओं भी मरना नहीं चाहते मारे कहते गधे की जूनी खरका पैखर तौ छुट्टा जो उपर लाता सप्प है गधा है त्रिक जूना वह भी मरनिया मरना नहीं चाहते पंछी भी मौत तो भजदे शिकारी पंछी वाज है लगड़ है ये छोटे पंछियों से झपट मारते वह लुकते झाड़ियाँ चबड़ जाते पशु भी मौत तो भजद मनुख ने भी मौत तो बड़ा इंतजाम किया बहुत बड़े मैडिकल स्टोर दवाइयों के पर रखे है बड़े बड़े हॉस्पिटल आजाद किए हैं मरना नहीं चाहता ये श्लोक दो बारी आया गुरु ग्रंथ साहब के एक तो कबीर साहब ने उच्चारण किया श्लोक कबीर जी होके उसके सलेख हेठ एक ये श्लोक गुरु रामदास महाराज ने भी उच्चारण किया कि जड़िया 22-12 हैं गुरु ग्रंथ साहब के 22 ये एक बिहागड़े की वार है उच्चे गुरु रामदास महाराज ने उच्चारण किया उच्चे 9 कबीर दे ही रखे है नानक नाम नहीं पाया उच्चारण की है पढ़ देव कबीरा मरता मरता जग मुआ मर भी ना जानिया कोए ऐसी मरनी जो मरे बहुर न मरना थोड़ा जा फर्क पाया क्योंकि गुरु रामदास महाराज पंजाब विच ते कबीर साहब बनारस विच काशी विच थोड़ा जा फर्क है इन्ना ही कबीर साहब ने लिखिया ऐसे मरने जो मरे बहुर न मरना होए गुरु रामदास महाराज कहते ऐसी मरनी जो मरे बहुर न मरना होए इस करके गुरु रामदास महाराज ने कबीर साहब के इस श्लोक की वी साइलेंट हाँ जी कबीर साहब के इस श्लोक की प्रौढ़ता की है लोग भी संगत ये ना कहने भी भगत बाणी है नहीं इनू पक्का किया है गुरु रामदास महाराज ने यह भी पंक्तियां गायन कर देव धन गुरु रामदास महाराज जी कबीरा मरता मरता जग मुआ मर पी ना जाने कोए मरता मरता जग मुआ मर पी ना जाने कोए मरता मरता जग मुआ
ਮਰ ਵੀ ਨਾ ਦਨਿਆ ਐਸੀ ਮਰਨੀ ਜੋ ਮਰੇ ਕੋਹਰੇ ਨਾ ਮਰਨਾ ਮਰ ਵੀ ਨਾ ਜਾਣਿਆ ਕੋਏ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਗੱਲ ਕੀ ਮਹਾਰਾਜ ਕਹਿੰਦੇ ਮਰਨਾ ਨਹੀਂ ਆਉਂਦਾ ਕਿਸੇ ਨੂੰ। ਪਹਿਲੀ ਗੱਲ ਅਸੀਂ ਮਰਨ ਨੂੰ ਰਾਜੀ ਨਹੀਂ, ਮਰਨਾ ਚਾਹੁੰਦੇ ਵੀ ਨਹੀਂ। ਇਸ ਕਰਕੇ ਅੰਗ ਰੱਖਿਅਕ ਬੜੇ ਵੱਡੇ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਤੱਕ ਉਹਨਾਂ ਨੂੰ ਜੈਡ ਸੰਖਿਆ ਲੱਗਦੀ ਹੈ ਵੀ ਕੋਈ ਮਾਰ ਨਾ ਦੇਵੇ। ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਿਧਾਂਤ ਹੈ, ਉੱਥੇ 1500 ਮੁਰਦਾ ਰੋਜ਼ ਜਲਾਇਆ ਜਾਂਦਾ, ਰੋਜ਼ ਐਵਰੀ ਡੇ 1500, 1500 ਮੈਂ ਦੇਖ ਕੇ ਆਇਆ। ਔਰ ਗਿਆਨੀ ਸੰਸਦ ਜੀ ਮਸਕੀਨ ਸਾਹਿਬ ਦੀ ਕਥਾ ਤੋਂ ਮੈਂ ਸੁਣਿਆ ਸੀ, ਉਦੋਂ ਬਾਅਦ ਫਿਰ ਮੈਂ ਗ੍ਰੰਥ ਵਿੱਚ ਪੜ੍ਹਿਆ, ਫਿਰ ਮੈਂ ਦੇਖਣ ਗਿਆ ਵੀ ਸਟੇਜ 'ਤੇ ਗੱਲ ਤਾਂ ਹੀ ਕੀਤੀ ਜਾਂਦੀ। ਮੈਂ ਉੱਥੇ ਵੇਖਿਆ ਉੱਥੇ 42 ਸ਼ਮਸ਼ਾਨ ਘਾਟ ਚੱਲ ਰਹੇ ਸੀ ਗੰਗਾ ਦੇ ਕਿਨਾਰੇ, ਕੁਛ ਇਲੈਕਟ੍ਰੋਨਿਕ ਸਿਸਟਮ, ਕੁਛ ਲੱਕੜਾਂ ਬਾਅਦ ਉੱਥੇ ਵੱਡੇ ਵੱਡੇ ਏਜੰਟ ਰੱਖੇ ਆ ਵਕੀਲਾਂ ਵਾਂਗੂ ਪੰਡਤਾਂ ਨੇ ਵੀ ਇੱਧਰ ਆ ਜਾਓ, ਤੁਹਾਡੇ ਮੁਰਦੇ ਨੂੰ ਸਵਰਗ ਭੇਜਣਾ। ਜਿਹੜੀ ਸੁਪਰਫਾਸਟ ਸਵਰਗ ਦੀ ਟਿਕਟ ਆ ਨਾ ਪੰਡਤਾਂ ਨੇ ਬਣਾਈ, ਉਹ 35 ਤੋਂ 50 ਹਜ਼ਾਰ ਤੱਕ ਦੀ ਹੈ, ਕਿਉਂਕਿ ਲੁੱਟ ਚੱਲਦੀ ਹੈ, ਅੰਧ ਵਿਸ਼ਵਾਸ। ਮੈਂ ਦੇਖ ਕੇ ਵੀ ਜਿਹੜੇ ਛੇਤੀ ਭੇਜਣਾ ਨਾ ਸੁਪਰਫਾਸਟ ਸਿੱਧਾ ਸਵਰਗ ਨੂੰ, 35 ਹਜ਼ਾਰ ਪੰਡਿਤ ਜੀ ਨੂੰ ਜਮ੍ਹਾਂ ਕਰਾਓ ਅਤੇ ਗਿਆ। ਜਿਹੜੀ ਪੈਸੰਜਰ ਟਿਕਟ ਹੈ ਹੌਲੀ ਹੌਲੀ ਉਹ 10 ਕੁ ਹਜ਼ਾਰ ਰੁਪਏ 'ਚ ਹੌਲੀ ਪੈਸੰਜਰ, ਇਹ ਲੁੱਟ ਚੱਲਦੀ ਅੱਜ ਦੀ। ਇਸ ਕਰਕੇ ਲੇਕਿਨ ਉੱਥੇ ਜਦੋਂ ਮੈਂ ਪੁੱਛਿਆ ਨਾ ਵੀ ਤੁਸੀਂ ਕਿੱਥੋਂ ਆਏ ਹੋ, ਉਹ ਕਹਿੰਦੇ ਅਸੀਂ ਬਹੁਤੇ ਰਾਜਸਥਾਨ ਦੇ, ਕਰਨਾਟਕ ਦੇ, ਪਰ ਪੰਜਾਬ ਅਤੇ ਹਰਿਆਣੇ ਦਾ ਮੈਂ ਕੋਈ ਮੁਰਦਾ ਉੱਥੇ ਨਹੀਂ ਵੇਖਿਆ, ਕਿਉਂਕਿ ਉੱਥੇ ਲੈ ਜਾਂਦੇ ਆ ਮੁਰਦਿਆਂ ਨੂੰ, ਦੇਸ਼ਾਂ 'ਚੋਂ ਵੀ ਆ ਜਾਂਦੇ ਉਹ ਮੁਰਦਾ ਰੱਖ ਕੇ। ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਫਿਰ ਮੈਂ ਪਤਾ ਕਰਿਆ ਜਿਹੜਾ ਸਸਕਾਰ ਇਲੈਕਟ੍ਰੋਨਿਕ ਸਿਸਟਮ, ਉਹ ਕਹਿੰਦਾ 40 ਮਿੰਟ ਲੱਗਦੇ ਆ ਜੀ, ਟਰੋਲੀ ਵਿੱਚ ਪਾ ਦੇਈ ਦੀ ਹੈ ਅਤੇ ਲਿਫਾਫੇ 'ਚ ਸਵਾਹ ਦੇ ਕੇ ਤੋੜ ਦੇਈਦਾ, ਕਿਉਂ ਇਹ ਵੀ ਬਿਜ਼ਨਸ ਹੈ। ਇਸ ਕਰਕੇ ਕਬੀਰ ਸਾਹਿਬ ਉੱਥੇ ਬੈਠਦੇ, ਜਦੋਂ ਇੱਕ ਮੁਰਦਾ ਹੁੰਦਾ ਨਾ ਮੂੰਹ 'ਚੋਂ ਨਿਕਲਦਾ ਰਾਮ। ਗੱਲਾਂ ਤਾਂ ਬੜੀਆਂ ਹੈ, ਕਬੀਰ ਸਾਹਿਬ ਦੀ ਮਾਂ ਕਹਿੰਦੀ ਕਿਉਂ ਬੈਠਦਾ ਉੱਥੇ। ਸੋ ਰਹੋ ਵਿਚਾਰ ਆਪਾਂ ਟੂ ਦੀ ਪੁਆਇੰਟ, ਮਰਨਾ ਅਸੀਂ ਚਾਹੁੰਦੇ ਨੇ। ਇਸ ਕਰਕੇ ਕਬੀਰ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਮਰ ਵੀ ਨਾ ਜਾਣਿਆ ਕੋਏ ਮਰ ਵੀ ਨਾ ਜਾਣਿਆ ਕੋਏ ਮਰਦਾ ਮਰਦਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਮਰ ਵੀ ਨਾ ਜਾਣਿਆ। ਆਓ ਇਸ ਦੇ ਇਹਦੇ ਵਿੱਚੋਂ ਰਮਜ ਪ੍ਰਾਪਤ ਕਰੀਏ। ਸੋ ਸਾਨੂੰ ਨਹੀਂ ਪਤਾ ਵੀ ਸਾਧ ਸੰਗ ਦੀ ਅਸੀਂ ਸਰੀਰ ਨਹੀਂ ਹਾਂ, ਅਸੀਂ ਤਾਂ ਇਹਦੇ ਵਿੱਚ ਰਹਿਣ ਵਾਲੇ ਕੁਛ ਹੋਰ ਹਾਂ, ਅਸੀਂ ਸਰੀਰ ਨਹੀਂ ਹਾਂ। ਗੁਰਮੁਖ ਚੁੱਪ ਕਰਕੇ ਬੈਠੋ, ਹਿੱਲ ਚੁੱਲ ਜੀ ਨਾ ਕਰੋ। ਜੇ ਤੁਸੀਂ ਕਹਿੰਦੇ ਜੇ ਮਨ ਨਹੀਂ ਟਿਕ, ਤਨ ਨਹੀਂ ਟਿਕਦਾ ਮਰ ਕਿੱਥੋਂ ਟਿਕੂ, ਤੌੜਾ ਨਹੀਂ ਟਿਕਦਾ ਪਾਣੀ ਕਿੱਥੋਂ ਟਿਕੂ, ਉਹਦੇ ਵਿੱਚ ਬੈਠ ਜਾਓ। ਔਖੇ ਮੈਂ ਤਾਂ ਕਹਿੰਦਾ, ਔਖੇ ਸੌਖੇ ਬੈਠੋ 1 ਵਜੇ ਤੱਕ ਅਰਦਾਸ ਹੋ ਜੂ। ਔਖੇ ਸੌਖੇ ਮੈਂ ਤਾਂ ਕਹਿੰਦਾ ਵੀ ਤੁਸੀਂ ਸਾਰੇ ਚਾਅ ਨਾਲ ਹੀ ਬੈਠੇ, ਕਿਉਂਕਿ ਕੋਈ ਤਾਂ ਏ ਸੀ ਰੂਮ ਵਿੱਚ ਬਹਿੰਦਾ ਹੋਊਗਾ, ਕੋਈ ਠੰਡਾ ਆਪਦੇ ਥਾਂ ਬਹਿੰਦਾ ਹੋਊ, ਇੱਥੇ ਹੁਣ ਤੁਸੀਂ ਔਖੇ ਸੌਖੇ ਬੈਠਣਾ ਔਖਾ ਹੈ। ਮੈਰਿਜ ਪਲੇਸ ਤਾਂ ਜਾੜ ਵੀ ਚੱਲਦੀ ਹੈ, ਉਹ ਕੁਛ ਹੋ ਹੀ ਜਾਂਦਾ ਜਿਹੜਾ ਤੁਹਾਨੂੰ ਚਾਹੀਦਾ, ਪਰ ਇੱਥੇ ਉਹ ਨਹੀਂ ਹੁੰਦਾ ਜਿਹੜਾ ਤੁਹਾਨੂੰ ਚਾਹੀਦਾ, ਇੱਥੇ ਜਿਹੜਾ ਗੁਰੂ ਦੀ ਮੱਤ ਹੈ ਉਹ ਚੱਲੂਗੀ। ਅਤੇ ਸਾਰੇ ਤੁਸੀਂ ਆਏ ਪਤਾ ਕਾਤੋਂ, ਤੁਸੀਂ ਕਥਾ ਕੀਰਤਨ ਸੁਣ ਨਹੀਂ ਆਏ, ਔਖੇ ਨਾ ਹੋਏ, ਉਹ ਸੱਚਾਈ ਇਹ ਹੈ।
ਤੁਸੀਂ ਤਾਂ ਆਏ ਹੋ ਵੀ ਆਪਣੇ ਆਇਆ ਸੀ, ਆਪਾਂ ਉਹਨਾਂ ਦੇ ਜਾਣੇ ਗੱਜ ਕੇ ਆਖੋ ਸਤਨਾਮ ਸਿੰਘ ਵਿਹੜੀ ਆ, ਰਿਸ਼ਤੇਦਾਰ ਤਾਂ ਇਹੋ ਹੀ ਆ ਸਾਰੇ, ਬਾਕੀ ਗਾਉਂ ਗਰਜ ਹੈ, ਪਾਰਟੀ ਬਾਜੀ, ਪੋਲੀਟਿਕਸ ਚੱਲਦੀ ਹੈ, ਇਹ ਸਿਸਟਮ ਚੱਲਦਾ ਹੈ। ਕਈ ਵਾਰੀ ਅੰਦਾਜ਼ਾ ਲਾਉਂਦੇ ਵੀ ਇਕੱਠ ਬਹੁਤ ਸੀ, ਬੰਦਾ ਬੜਾ ਮਹਾਨ ਹੈ, ਇਹ ਮੀਟਰ ਨਹੀਂ ਨਹੀਂ, ਅੱਗੇ ਚੱਲ ਕੇ ਵਿਚਾਰ ਕਰਾਂਗੇ। ਸੋ ਬੈਠੋ ਟੇਕੇ ਵਿਚਾਰ ਗੁਰਮਤ ਅਨੁਸਾਰ, ਆਪਾਂ ਸਰੀਰ ਛੱਡਣਾ ਕਿਵੇਂ ਹੈ ਨਹੀਂ ਪਤਾ, ਛੱਡਣਾ ਚਾਹੁੰਦੇ ਵੀ ਨਹੀਂ, ਛੱਡਣਾ ਵੀ ਨਹੀਂ ਅਸੀਂ, ਪਰ ਵੇਖਣਾ ਇਹ ਪਊ ਵੀ ਸਰੀਰ ਵਿੱਚ ਆਏ ਕਿਵੇਂ। ਪਹਿਲਾਂ ਇਸ ਪਿੰਡ ਵਿੱਚ ਅਸੀਂ ਪੁੱਛ ਆਏ ਹਾਂ ਅਤੇ ਕੱਢ ਪਹਿਲੀ ਵਾਰ, ਔਰ ਜਦੋਂ ਆਉਣ ਦਾ ਰਸਤਾ ਪਤਾ ਚੱਲ ਗਿਆ ਅਤੇ ਜਾਣ ਦਾ ਤਾਂ ਵੀ ਲੱਗ ਜਾਣਾ, ਇਸ ਕਰਕੇ ਕਿਤੇ ਸੋਚਿਆ ਵੀ ਅਸੀਂ ਸਰੀਰ ਵਿੱਚ ਕਿਵੇਂ ਆਏ। ਆਓ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਨਾਲ ਆਪਾਂ ਨਾਲੋ ਨਾਲ ਚੱਲਦੇ ਜਾਈਏ। ਸਾਡੇ ਸਰੀਰ ਦਾ ਨਿਰਮਾਣ ਹੋਇਆ ਮਾਂ ਦੇ ਪੇਟ ਵਿੱਚ, ਜਦੋਂ ਸਾਡੇ ਵਿੱਚ ਜਾਨ ਪਈ ਉਦੋਂ ਅਸੀਂ ਮਾਂ ਦੇ ਪੇਟ ਵਿੱਚ ਸੀ, ਆਪਾਂ ਨੂੰ ਕੋਈ ਪਤਾ ਨਹੀਂ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਭ ਕੁਝ ਦਰਜ ਹੈ। ਪਹਿਲਾਂ ਇਹ ਵੇਖਣਾ ਪਊ ਸਾਡੇ ਵਿੱਚ ਜਾਨ ਕਿੱਥੋਂ ਦੀ ਪਈ, ਕਿਵੇਂ ਪਾਈ, ਉਸ ਤੋਂ ਬਾਅਦ ਨਿਕਲਣ ਦੀ ਗੱਲ ਤਾਂ ਬਾਅਦ ਵਿੱਚ ਆਊ। ਆਓ ਸਭ ਤੋਂ ਪਹਿਲੇ ਸਰੀਰ ਦਾ ਨਿਰਮਾਣ 9 ਮਹੀਨਿਆਂ ਵਿੱਚ, 9.5 ਮਹੀਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਆਉਂਦਾ ਹੈ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਬਈ 9.5 ਮਹੀਨੇ ਵੀ ਹੋ ਜਾਂਦੇ। ਹੁਣ ਇਹਦੇ ਵਿੱਚ ਪੇਟ ਵਿੱਚ ਬਣੇ ਹੋਏ ਬੱਚੇ ਵਿੱਚ ਜਾਨ ਕਦੋਂ ਪੈਂਦੀ ਹੈ, ਕਿੱਥੋਂ ਦੀ ਪੈਂਦੀ ਹੈ, ਕੋਈ ਹੱਥ ਖੜਾ ਕਰਕੇ ਨਹੀਂ ਦੱਸ ਸਕਦਾ, ਮੈਡੀਕਲ ਸਾਇੰਸ ਦੇ ਹੱਥ ਖੜੇ ਆ। ਸੋਚਿਆ ਕਿਤੇ ਵੀ ਪੇਟ ਵਿੱਚ ਬਣੇ ਹੋਏ ਬੱਚੇ ਵਿੱਚ ਜਾਨ ਕਦੋਂ ਪੈਂਦੀ ਹੈ, ਕਿੱਥੋਂ ਦੀ ਪੈਂਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲਾਂ ਲਿਖੀਏ ਉਦੋਂ ਅਲਟਰਾਸਾਊਂਡ ਸਕੈਨ ਐਕਸਰੇ ਨਹੀਂ ਸੀ, ਅੱਜ ਤਾਂ ਹੈ ਸਭ ਕੁਛ, ਪਰ ਫਿਰ ਵੀ ਡਾਕਟਰ ਇਹ ਵੀ ਨਹੀਂ ਦੱਸ ਸਕਦੇ ਵੀ ਜਾਨ ਕਦੋਂ ਨਿਕਲੀ, ਕਿੱਥੋਂ ਦੀ ਨਿਕਲ ਰਹੀ ਹੈ। ਡਾਕਟਰ ਕੀ ਦੱਸਦੇ ਆ ਵੀ ਦਿਲ ਦੀ ਧੜਕਣ ਬੰਦ ਹੋ ਗਈ, ਸਾਹ ਲੈਣ ਨੂੰ ਹਟ ਗਿਆ, ਇਹ ਤਾਂ ਡੈਡ ਹੈ, ਡਿਕਲੀਅਰ ਕਰਦੇ ਆ ਨਿਸ਼ਾਨੀਆਂ ਵੇਖ ਕੇ, ਇਹ ਤਾਂ ਨਹੀਂ ਪਤਾ ਲੱਗਦਾ ਵਿੱਚੋਂ ਕੀ ਨਿਕਲਿਆ। ਇਸ ਕਰਕੇ ਜਿਹੜਾ ਸਾਡਾ ਆਤਮ ਹੈ ਨਾ ਬੜਾ ਸੂਕਸ਼ਮ ਹੈ, ਇਹ ਕੈਮਰੇ ਦੀ ਪਕੜ ਵਿੱਚ ਨਹੀਂ ਆਉਂਦਾ, ਜਿਵੇਂ ਹਵਾ ਹੈ ਕੈਮਰੇ ਵਿੱਚ ਪੱਖੇ ਦੀ ਫੋਟੋ ਤਾਂ ਆਜੂ, ਹਵਾ ਦੀ ਤਾਂ ਨਹੀਂ ਹੁੰਦੀ, ਨਹੀਂ ਆਉਂਦੀ। ਇਸੇ ਤਰ੍ਹਾਂ ਸਾਡਾ ਆਤਮ ਬੜਾ ਸੂਕਸ਼ਮ ਹੈ, ਅਸੀਂ ਸਰੀਰ ਵਿੱਚ ਕਿਵੇਂ ਆਏ। ਆਓ ਜਿਸ ਵੇਲੇ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਸਰੀਰ ਸ਼ੁਰੂ ਕਿਵੇਂ ਹੁੰਦਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਰਕਤ ਕਹਿੰਦੇ ਖੂਨ ਨੂੰ, ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ। ਮਹਾਰਾਜ ਕਹਿੰਦੇ ਮਾਂ ਦੇ ਪੇਟ ਵਿੱਚ ਤਾਂ ਬਾਅਦ ਵਿੱਚ ਆਇਆ, ਪਹਿਲਾਂ ਦੋ ਹਿੱਸਿਆਂ ਵਿੱਚ ਸੀ, ਬਿੰਦ ਸੀ ਔਰ ਖੂਨ ਸੀ, ਪਰ ਸੁਮੇਲ ਦੇ ਨਾਲ ਫਿਰ ਬਣਤਰ ਜਦੋਂ ਸਰੀਰ ਦੀ ਸ਼ੁਰੂ ਹੁੰਦੀ ਹੈ ਨਾ ਸਾਡੇ ਦੀ, ਸਭ ਤੋਂ ਪਹਿਲਾਂ ਸਾਡਾ ਇੰਪੋਰਟੈਂਟ ਅੰਗ ਬਣਦਾ ਕਿਹੜਾ, ਉਹ ਨਾਭੀ ਧੁੰਦੀ ਨਾੜੂਗਾ। ਇੱਥੇ ਮਾਸ ਦਾ ਗੁੱਛਾ ਇਕੱਠਾ ਹੋ ਕੇ ਨਾ ਸਰੀਰ ਬਣਨਾ ਸ਼ੁਰੂ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਕਿੰਨੇ ਚਿਰ 'ਚ ਬਣਦਾ, ਕਿਉਂਕਿ ਜਿੰਨੀ ਵਿਚਾਰ ਗੁਰਬਾਣੀ ਵਿੱਚੋਂ ਇਸ਼ਾਰੇ ਹੈਗੇ ਗੁਰਬਾਣੀ ਵਿੱਚ, ਸੁਣੋ ਗੰਢੇਂਦਿਆਂ 6 ਮਾਹ 6 ਮਹੀਨਿਆਂ ਵਿੱਚ ਸਰੀਰ ਬਣ ਜਾਂਦਾ। ਬੱਚਿਓ ਜਦੋਂ ਕੋਈ ਬੋਲਣ ਲੱਗ ਜੇ ਫਿਰ ਮੇਰਾ ਤਾਂ ਇਹ ਕੰਮ ਟੁੱਟ ਜਾਂਦਾ, ਚੁੱਪ ਕਰ ਜਾਓ, ਜੇ ਕਿਸੇ ਨੇ ਬੋਲਣਾ ਸਪੀਕਰ 'ਚ ਬੋਲ ਲਓ, ਉੜੀ ਆ ਜਾਓ। ਮਾਈਆਂ ਪ੍ਰਤੀ ਵੀ ਬੇਨਤੀ ਹੈ ਚੁੱਪ ਕਰਕੇ ਬੈਠੋ, ਜੇ ਕਿਸੇ ਮਾਤਾ ਨੇ ਭੈਣ ਨੇ ਬੋਲਣਾ ਸਪੀਕਰ 'ਚ ਬੋਲ ਲਿਓ, ਕੰਮ ਆਉਣ, ਨਹੀਂ ਤਾਂ ਸਾਰੇ ਚੁੱਪ ਕਰਕੇ ਬੈਠੋ, ਮੈਨੂੰ ਕਥਾ ਕਰ ਲੈਣ ਦਿਓ। ਔਰ ਸਤਿਗੁਰੂ ਕਿਰਪਾ ਕਰਨ ਕਿ ਜਿਸ ਵੇਲੇ ਸਰੀਰ ਬਣਦਾ ਨਾ ਸਾਡਾ ਸਭ ਤੋਂ ਪਹਿਲਾਂ ਇੰਪੋਰਟੈਂਟ ਅੰਗ ਬਣਦਾ ਨਾੜੂਆ ਨਾਭੀ, ਅਤੇ 6 ਮਹੀਨਿਆਂ ਵਿੱਚ ਇਹਦੇ ਸਾਰੇ ਚਿੰਨ੍ਹ ਪ੍ਰਗਟ ਹੋ ਜਾਂਦੇ ਆ। ਕੀ ਹੁੰਦਾ ਮਾਰੇ ਕਹਿੰਦੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, 9 ਸਰਾਖ ਹੈ ਸਾਡੇ ਸਰੀਰ ਦੇ ਪ੍ਰਗਟ ਨੇ, 1/10 ਵੀ ਉਹ ਕਿੱਥੇ ਹੈ ਸਾਰਿਆਂ ਨੂੰ ਨਹੀਂ ਪਤਾ, 7 ਸਰਾਖ ਤੇ ਧੌਣ ਤੋਂ ਤਾਂ ਹੀ ਹੈ ਕਿਉਂਕਿ ਗੰਦਾ ਬਹੁਤ ਹੈ, ਹਰ ਇੱਕ ਸੁਰਾਖ 'ਚੋਂ ਗੰਦਗੀ ਨਿਕਲਦੀ ਹੈ, ਚੰਗਾ ਅੱਖਾਂ ਵਿੱਚੋਂ ਵੀ ਕੰਨਾਂ ਵਿੱਚੋਂ ਵੀ ਚੰਗਾ ਕਿਤੋਂ ਵੀ ਨਹੀਂ ਨਿਕਲਦਾ। 2 ਅੱਖਾਂ 2 ਨਾਸਾਂ 2 ਕੰਨ 1 ਮੂੰਹ ਅਤੇ 2 ਮਲ ਦੁਆਰ 9 ਦੁਆਰੇ ਪ੍ਰਗਟ ਕੀਏ 10ਵਾਂ ਕਿੱਥੇ ਹੈ, ਇਹਦੀ ਜਾਣਕਾਰੀ ਆਪ ਜੀ ਦੀ ਬੇਨਤੀ ਕਰੂੰਗਾ ਵੀ ਇੱਕ ਛੋਟੇ ਬੱਚੇ ਨੂੰ ਚੁੱਕੋ ਤੁਸੀਂ, 20 ਦਿਨਾਂ ਦਾ ਬੱਚਾ ਭਾਵੇਂ ਬੱਚੇ ਹੈ, ਉਹਨੂੰ ਚੁੱਕੋ, ਉਹਦੀ ਹੈੱਡ ਨੂੰ, ਖੋਪੜੀ ਨੂੰ, ਸਿਰ ਨੂੰ ਗੌਰ ਨਾਲ ਵੇਖੋ। ਇਹ ਵੀ ਹੈ ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਬ੍ਰਾਹਮਣ ਦਾ ਬੱਚਾ, ਇੱਕੋ ਹੀ ਔਰ ਉਸ ਦੀ ਖੋਪੜੀ ਨੂੰ ਵੇਖੋ,
ਬਾਕੀ ਖੋਪੜੀ ਸਾਰੀ ਕਰੜੀ ਹੈ। ਵਿਚਾਲੇ ਵਿਚਾਲੇ ਨਾ ਜਿੱਥੇ ਬਾਅਦ ਵਿੱਚ ਜੂੜਾ ਸਜਾਉਂਦੇ ਹਨ ਉੱਥੇ ਨਾ ਇੱਕ ਢਾਲੇ ਜਿੰਨੀ ਰੁਪਈਏ ਜਿੰਨੀ ਜਗ੍ਹਾ ਉੱਥੇ ਹੱਡੀ ਹੈ ਨਹੀਂ ਬੱਚੇ ਦੇ ਆਪਣੀ ਵੀ ਇਹ ਉਦੋਂ ਸੀ। ਉੱਥੇ ਮਾਸ ਦੀ ਝਿੱਲੀ ਹੈ ਇਹਨੂੰ ਆਮ ਅਸੀਂ ਭਾਸ਼ਾ ਵਿੱਚ ਕਹਿੰਦੇ ਤਾਲੂਆ, ਤਾਲੂਆ ਕਹਿੰਦੇ। ਇਹਦਾ ਕੀ ਕੰਮ? ਇਹ ਸਾਡਾ ਬਹੁਤ ਇੰਪੋਰਟੈਂਟ ਗੇਟ ਹੈ, ਕਿਤੇ ਸੋਚਿਆ ਵੀ ਨਹੀਂ ਕਾਹਦੇ ਲਈ ਹੈ। ਅੱਗੇ ਚੱਲ ਕੇ ਵਿਚਾਰਾ ਉਹ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ, ਅਤੇ ਇਹਦੀ ਡਿਟੇਲ ਮਹਾਰਾਜ ਨੇ ਕੋਡ ਵਰਡ ਵਰਤੇ ਹੈ। ਤੈ ਅਨੇਕ ਰੂਪ ਨੌ ਨਵਨਿਧ ਦਿਸਦਾ ਅੰਤ ਨਾ ਜਾਈ ਪਾਇਆ। ਜ਼ਿਆਦਾ ਵਿਸਤਾਰ ਵਿੱਚ ਨਹੀਂ ਜਾਊਂਗਾ। ਔਰ ਜਿਸ ਵੇਲੇ ਸਰੀਰ ਬਣਦਾ ਹੈ ਉਸ ਵੇਲੇ ਹੁਣ ਮਾਂ ਦੇ ਪੇਟ ਵਿੱਚ ਸਰੀਰ ਸਾਡਾ ਕਿਵੇਂ ਸੀ ਗੁਰਬਾਣੀ ਦੇ ਐਕਸਰੇ ਨਹੀਂ ਦੇਖਣਾ ਆਪਾਂ, ਡਾਕਟਰ ਦੇ ਐਕਸਰੇ ਨਾਲ ਨਹੀਂ। ਤਾਂ ਹੁਣ ਗੁਰੂ ਬਾਣੀ ਤੋਂ ਪੁੱਛੀਏ ਮਹਾਰਾਜ ਜੀ ਉੱਥੇ ਅਸੀਂ ਬੈਠੇ ਸੀ, ਖੜ੍ਹੇ ਸੀ, ਪਏ ਸੀ, ਸੁਣੋ। ਮੁੱਖ ਤਲੈ ਪੈਰ ਉੱਪਰੇ ਬਸੰਦੋ ਕਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੀ ਹੈ ਉਦਰੈ ਚ ਸਦਾ ਨਾਏ। ਮਾਂ ਦੇ ਪੇਟ ਵਿੱਚ ਸਾਡਾ ਨੌ ਦੇ ਨੌ ਮਹੀਨੇ ਸਿਰ ਥੱਲੇ ਸੀ, ਮੁੱਖ ਤਲੈ ਪੈਰ ਉੱਪਰੇ। ਇੱਕ ਗੱਲ ਇੱਥੇ ਲਿਖੀ ਹੈ ਸਾਨੂੰ, ਬਸੰਦੋ ਕਹ ਥੜੈ ਥਾਏ। ਦੇਖੋ ਗੁਰੂ ਪਾਤਸ਼ਾਹ ਦੀ ਬਾਣੀ ਹੈ, ਇੱਕ ਇੱਕ ਲਫਜ਼ ਵਿੱਚ ਬਹੁਤ ਵੱਡਾ ਹੀ ਰਮਜ ਹੈ। ਕੁਹੱਥੜਾ ਕਿਉਂ ਲਿਖਤਾ? ਵੀ ਬਹੁਤ ਕਸੂਤੀ ਸਥਿਤੀ ਸੀ, ਵਧੀਆ ਨਹੀਂ ਸੀ। ਕਿਉਂ? ਕਿਉਂਕਿ ਜਿੱਥੇ ਸਾਡਾ ਮੂੰਹ ਸੀ ਗੁਰਮੁਖੋ, ਉੱਥੋਂ ਮਾਂ ਦਾ ਗੰਦਗੀ ਦਾ ਨਿਕਾਰ ਸਾਡੇ ਮੂੰਹ ਕੋਲ ਨਹੀਂ ਜਾਂਦਾ ਸੀ, ਇੱਕ ਮਾਸ ਦੀ ਝਿੱਲੀ ਸੀ ਉੱਥੇ, ਇਹ ਹਾਲਤ ਸੀ। ਇਸ ਕਰਕੇ ਸਰਵਰਾਂ ਲਿਖ ਦਿੱਤਾ, ਵਸੰਦੋ ਕੁਹੱਥੜਾ ਥਾਏ ਨਾਨਕ ਸੋ ਧਣੀ ਕਿਉਂ ਵਿਸਾਰੀ ਹੈ ਉਦਰੈ ਜਿਸਦੈ ਲਾਇ। ਔਰ ਜਿਸ ਵੇਲੇ ਸਰੀਰ ਬਣਦਾ ਇੰਨਾ, ਉਹਤੋਂ ਬਾਅਦ ਫਿਰ ਜਿਹੜੇ ਨੌ ਦੇ ਨੌ ਦੁਆਰ ਹੈ ਅਤੇ ਜਿਹੜਾ ਦਸਵਾਂ ਦੁਆਰ ਵੀ ਉਦੋਂ ਖੁੱਲ੍ਹਾ ਸੀ ਮਾਂ ਦੇ ਪੇਟ ਵਿੱਚ। ਔਰ ਜਿਸ ਵੇਲੇ ਉਹ ਵਾਹਿਗੁਰੂ ਜਾਨ ਪਾਉਂਦਾ ਹੁਣ ਧਿਆਨ ਦੇਣਾ, ਗੁਰਬਾਣੀ ਵਿੱਚੋਂ ਵਿਚਾਰ ਰੱਖਣੇ ਬਾਹਰੋਂ ਨਹੀਂ। ਜਿਸ ਵੇਲੇ ਸਾਡੇ ਵਿੱਚ ਉਹਨੇ ਜਾਨ ਪਾਈ ਔਰ ਜੋਤ ਸੀ ਬੜੀ ਨਿਰਮਲ, ਜਾਨ ਪਾਉਣੀ ਹੈ, ਉਹਨੂੰ ਪਤਾ ਸੀ ਵੀ ਹੱਡ ਚਮਚੇ ਇਸ ਜੋਤ ਨੇ ਰਹਿਣਾ ਨਹੀਂ, ਕਿਉਂਕਿ ਉਹ ਜੋਤ ਕੀ ਹੈ? ਕਹੋ ਕਬੀਰ, ਇਹ ਰਾਮ ਕੀ ਅੰਸ਼, ਉਸੇ ਦਾ ਹਿੱਸਾ, ਮਨ ਤੂੰ ਜੋਤ ਸਰੂਪ ਹੈ। ਉਹਨੂੰ ਪਤਾ ਸੀ ਵੀ ਇਹਨੇ ਵਿੱਚ ਨਹੀਂ ਰਹਿਣਾ, ਉਹ ਫਿਰ ਇੱਕ ਚੀਜ਼ ਦੀ ਵਰਤੋਂ ਕੀਤੀ। ਪਰਮੇਸ਼ਰ ਨੂੰ ਪਤਾ ਸੀ ਵੀ ਇਹ ਤਾਂ ਰਹੂਗਾ, ਕਿਉਂਕਿ ਕੋਈ ਕੰਧ 'ਤੇ ਪੋਸਟਰ ਲਾਉਣਾ, ਕੋਈ ਕਾਗਜ਼ ਲਾਉਣਾ, ਉਹ 'ਤੇ ਲੇਬਲ ਲੋਸ਼ਨ ਲਾਉਣਾ ਪਊਗਾ, ਐਵੇਂ ਤਾਂ ਖੜ੍ਹਨਾ। ਉਹ ਫਿਰ ਕੀ ਹੈ? ਉਹਦਾ ਨੌ ਗੁਰਬਾਣੀ ਵਿੱਚ ਲਿਖਿਆ, ਜਿਹੜੀ ਚੀਜ਼ ਮਿਕਸ ਕੀਤੀ ਸਾਡੀ ਆਤਮਾ ਨਾਲ। ਹਰੇ ਜਾਨ ਸਰੀਰ ਵਿੱਚ ਪਾਈ ਨਹੀਂ, ਇੱਕ ਚੀਜ਼ ਉਹਨੇ ਪਹਿਲਾਂ ਦੇ ਦਿੱਤੀ ਔਰ ਗੁਰਬਾਣੀ ਵਿੱਚੋਂ ਲਿਖਿਆ ਉਹਦਾ ਨੌ। ਕਿਹੜੀ ਚੀਜ਼ ਮਿਕਸ ਕੀਤੀ, ਕਾਹਦਾ ਲੇਪ ਚਾੜਿਆ? ਉਹਨੂੰ ਕਹਿੰਦੇ ਹੋਮੇ, ਹੋਮੇ ਚਾੜ ਦਿੱਤੇ ਵੀ ਇਹ ਮੈਂ ਮੇਰੀ ਕਹੂੰਗਾ ਪਕੜਾ ਸਰੀਰ ਹੈ ਮੇਰਾ ਆ, ਉਹ ਹੋਮੇ ਲਾਤੀ, ਹਲੇ ਜਾਨ ਪਾਈ ਨਹੀਂ। ਹੋਮੇ ਲਾ ਕੇ ਉਹਨੇ ਇੱਕ ਕੰਟੈਕਟ ਵੀ ਕੀਤਾ, ਸਮਝੌਤਾ ਕੰਡੀਸ਼ਨ ਇਹ ਲਾਈ ਵੀ ਜਿੰਨਾ ਚਿਰ ਤੇਰੇ ਨਾਲ ਹੋਮੇ ਲੱਗੀ ਰਹੂ ਨਾ ਉਨਾ ਚਿਰ ਤੂੰ ਉਹ ਅਕਾਲ ਪੁਰਖ ਪਰਮੇਸ਼ਰ ਭਗਵਾਨ ਅੱਲਾ ਗੌਡ ਕਹਿੰਦਾ ਤੂੰ ਮੇਰੇ ਵਿੱਚ ਲੀਨ ਨਹੀਂ ਹੋ ਸਕਦਾ, ਇਹ ਤੈਨੂੰ ਇੱਕ ਵੱਡਾ ਰੋਗ ਲਾ ਦਿੱਤਾ। ਹੋਮੇ ਜਨਮ ਤੋਂ ਪਹਿਲਾਂ ਲੱਗੇ, ਕੱਢਣੀ ਬੜੀ ਔਖੀ ਹੈ। ਔਰ ਸਾਡਾ ਉਸ ਵੇਲੇ ਉਹਨੇ ਫਿਰ ਇਹ ਸਮਝੌਤਾ ਕੀਤਾ ਵੀ ਜਿੱਦੇ ਤੂੰ ਹੋਮੇ ਕੱਢ ਲਈ ਨਿਕਲੂਗੀ ਕਿਵੇਂ? ਨਾਮ ਜਪ ਕੇ ਬੰਦਗੀ, ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਜਪ ਜਪ ਕੇ ਨਿਕਲੀ, ਨਹੀਂ ਤਾਂ ਇਹ ਰੋਗ ਇਹਨੂੰ ਲੱਗਿਆ ਰਹੂਗਾ। ਹੁਣ ਇਹਦਾ ਦੁੱਖ ਕੀ? ਕਿਉਂਕਿ ਕੈਂਸਰ ਹੈ, ਟੀ ਬੀ ਹੈ, ਹਰੇਕ ਹੱਡ ਫੇਫੜਿਆਂ ਦਾ ਰੋਗ ਹੈ, ਦੁੱਖ ਹੈ ਅੱਡੋ ਅੱਡ, ਇਹਦਾ ਦੁੱਖ ਕੀ? ਹੁਣ ਮਾਰੂ ਰਾਗ ਵਿੱਚ ਜਾਣਾ ਪਊ। ਤੁਸੀਂ ਕਹੋਗੇ ਲਿਖਿਆ ਕਿੱਥੇ ਹੈ? ਕਿਉਂਕਿ ਜਿਹੜਾ ਸਟੂਡੈਂਟ ਐਗਜ਼ਾਮ 'ਚ ਬੈਠਾ ਹੈ ਪੇਪਰ ਵਿੱਚ, ਉਹ ਜਿੰਨੇ ਕੁਐਸਚਨ ਆਏ ਹੈ ਨਾ ਕੁਐਸਚਨ ਪੇਪਰ 'ਤੇ ਕੁਐਸਚਨ, ਉਹਦਾ ਜਵਾਬ ਘਰ ਵੀ ਕਿਤਾਬ 'ਚ ਹੈ, ਜੇ ਤਾਂ ਯਾਦ ਹੋਊ ਤਾਂ ਲਿਖੂਗਾ, ਨਹੀਂ ਤਾਂ ਫਿਰ ਸੋਚਦਾ ਵੀ ਜਾਂ ਤਾਂ ਨਕਲ ਮਾਰੀਏ ਜਾਂ ਆਸੇ ਪਾਸੇ ਚੁੱਪ। ਇਸ ਕਰਕੇ ਸਾਡੇ ਜਿੰਨੀਆਂ ਸਮੱਸਿਆਵਾਂ ਪ੍ਰੋਬਲਮਾਂ ਉਹਨਾਂ ਸਾਰਿਆਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਲੇਕਿਨ ਸਾਨੂੰ ਪਤਾ ਹੋਵੇ ਕਿੱਥੇ। ਆਓ ਮਾਰੂ ਰਾਗ ਵਿੱਚ ਆਉਂਦੇ ਹਾਂ, ਔਰ ਮੈਂ ਰਾਗ ਵਿੱਚ ਵੀ ਕੀਰਤਨ ਕਰ ਲੈਂਦਾ, ਧਾਰਨਾ ਵਿੱਚ ਵੀ, ਰੀਤਾਂ ਵਿੱਚ ਵੀ। ਆਹ ਜਿਹੜੀ ਅਕੈਡਮੀ ਦੇ ਬਾਨੀ ਹੈ ਨਾ ਸੰਤ ਅਤਰ ਸਿੰਘ ਜੀ, ਉਸ ਤੋਂ ਬਾਅਦ ਸੰਤ ਤੇਜਾ ਸਿੰਘ, ਉਹ ਧਾਰਨਾ ਵਿੱਚ ਕੀਰਤਨ ਕਰਦੇ ਹੁੰਦੇ, ਪੜ੍ਹ ਦਿੰਦਾ ਹੁਣ ਮੈਂ, ਕਈ ਬੁਰਾ ਮਨਾਉਂਦੇ ਹੈ ਪਰ ਮੈਂ ਤਾਂ ਪੜ੍ਹ ਦਿੰਦਾ।
ਹੁਣ ਉਹ ਹੋਮੇ ਲਾਈ, ਹੋਮੇ ਦਾ ਰੋਗ ਕੀ? ਉਹ ਮਾਰੂ ਰਾਗ ਵਿੱਚ ਲਿਖਿਆ ਮਹਾਰਾਜ ਕਹਿੰਦੇ ਵੀ ਜਿੰਨਾ ਚਿਰੇ ਰਹੂ ਤੇਰੇ ਨਾਲ ਵਾਪਰੂ ਕੀ? ਔਰ ਪਾਤਸ਼ਾਹ ਕਹਿੰਦੇ ਇਹਦਾ ਨੁਕਸਾਨ ਕੀ ਸਮਝ ਲੈਣਾ, ਇਸ ਧਾਰਨਾ ਦੁਆਰਾ ਫਿਰ ਮੈਂ ਭਗਤੀ ਪੜ੍ਹ ਦੂੰਗਾ। ਮਹਾਰਾਜ ਕਹਿੰਦੇ ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਬੰਦਾ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਪ੍ਰਾਣੀ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਪ੍ਰਾਣੀ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਹੋਮੇ ਦਾ ਰੋਗੀ ਬੰਦਾ ਹੋਮੇ ਦਾ ਰੋਗੀ ਪ੍ਰਾਣੀ, 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 ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਬੰਦਾ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਪ੍ਰਾਣੀ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਬੰਦਾ, ਜੰਮਦਾ ਤੇ ਮਰਦਾ ਹੈ ਹੋਮੇ ਦਾ ਰੋਗੀ ਪ੍ਰਾਣੀ, ਜਿਨ ਰਚ ਰਚਿਆ ਪੁਰਖ ਵਧਾ ਦੇ ਨਾਲੇ ਹੋਮੇ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਵਾਜਾਈ, ਜਨਮ ਮਰਨ ਉਸ ਹੀ ਕੋ ਹੋਮੈ ਉਹ ਆਵਾਜਾਈ, ਮਾਰੂ ਰਾਗ ਵਿੱਚ ਫੜੋ ਉੱਥੇ ਵਿਚਾਰ ਮਰੂ, ਜਿਨ ਨੱਚ ਰਚਿਆ ਜਿਹਨੇ ਸਾਡੇ ਸਰੀਰ ਦੀ ਰਚਨਾ ਮਾਂ ਦੇ ਪੇਟ ਵਿੱਚ ਬਣਾਈ, ਤਿੰਨ ਵੱਡੀਆਂ ਘਟਨਾਵਾਂ ਮਾਂ ਦੇ ਪੇਟ ਵਿੱਚ ਵਾਪਰਦੀਆਂ, ਨਾ ਡਾਕਟਰ ਨੂੰ ਪਤਾ ਚੱਲਦਾ ਨਾ ਮਾਂ ਨੂੰ ਪਤਾ ਚੱਲਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦਰਜ ਹੈ ਲਿਖੀਏ, ਉਹੀ ਪੜ੍ਹ ਕੇ ਨਾਲੋ ਨਾਲ ਵੀ ਸਾਡੇ ਵਿੱਚ ਜਾਨ ਕਿਵੇਂ ਪਈ, ਉਸ ਤੋਂ ਬਾਅਦ ਹੀ ਪਤਾ ਲੱਗੂ ਨਾ, ਫਿਰ ਹੀ ਪਤਾ ਲੱਗੂ, ਐਸੇ ਮਰੋ ਜੇ ਬਹੁਰ ਨਾ ਮਰਨਾ ਅਤੇ ਅੰਦਰ ਹੋ ਜੇ ਬਹੁਰ ਨਾ ਤਰਨਾ। ਇਸ ਕਰਕੇ ਅੱਜ ਇਸੇ ਪੰਕਤੀ ਦੀ ਰਮਜ ਵਿੱਚੋਂ ਆਪਾਂ ਲੱਭ ਰਹੇ ਹਾਂ, ਕਬੀਰ ਮਰਤਾ ਮਰਤਾ ਜਗ ਮੋਆ, ਮਰ ਪੀ ਨਾ ਜਾਣੇ ਕੋ, ਮਰਤਾ ਮਰਤਾ ਜਗ ਮੋਆ, ਮਰ ਪੀ ਨਾ ਜਾਣੇ ਕੋ, ਮਰ ਪੀ ਨਾ ਜਾਣੇ ਕੋ, ਕਿਉਂਕਿ ਹਰ ਕੋਈ ਮਰਨਾ ਨਹੀਂ ਚਾਹੁੰਦਾ, ਮਰਨ ਵਾਲਾ ਤਾਂ ਅੱਗੇ ਤਾਂ ਵੀ ਹੋਸਪਿਟਲ ਲੈ ਚੱਲੋ, ਕੋਈ ਦਵਾਈ ਦਵਾਓ, ਟੈਬਲੇਟ ਠੀਕ ਆ, ਵੱਢ ਟੁੱਕ ਕਰਾ ਦਿਓ, ਭਾਵੇਂ ਆਪਰੇਸ਼ਨ ਕਰਾਓ, ਬਚ ਰਹੀਏ, ਮਰਨਾ ਨਹੀਂ ਚਾਹੁੰਦਾ। ਪਰ ਮੌਤ ਧੱਕੇ ਨਾਲ, ਜਿੰਨੇ ਵੀ ਮਰੇ ਇਸ ਤੋਂ ਪਹਿਲਾਂ ਉਹਨਾਂ ਨੂੰ ਧੱਕਾ ਹੋਇਆ, ਮਰਨਾ ਨਹੀਂ ਚਾਹੁੰਦੇ, ਆਪਣੇ ਨਾਲ ਵੀ ਇੰਝ ਹੋਊਗਾ, ਹੋਏਗਾ। ਆਓ ਅਗਲੀ ਵਿਚਾਰ, ਜਿਸ ਵੇਲੇ ਜਿਨ੍ਹਾਂ ਰਚ ਰਚਿਆ ਪੁਰਖ ਵਧਾਤੇ ਨਾਲੇ ਹੋਮੇ ਪਾਈ, ਜਨਮ ਮਰਨ ਉਸ ਹੀ ਕੋ ਹੋਮੇ ਨੂੰ ਉਹ ਆਵਾਜਾਈ, ਪਹਿਲੀ ਘਟਨਾ ਵਾਪਰੀ ਉਹਨੇ ਹੋਮੇ ਲਾਤੀ, ਜਾਨ ਪਾਈ ਨਹੀਂ ਹਲੇ ਸਾਡੇ ਵਿੱਚ, ਹੁਣ ਉਹਨੇ ਜਾਨ ਪਾਉਣੀ ਹੈ। ਜਿਹੜਾ ਦਸਵਾਂ ਦੁਆਰ ਹੈ ਨਾ ਸਿਰ ਵਾਲਾ ਬੱਚੇ ਦਾ ਪੋਲੀ ਪੋਲੀ ਜਗ੍ਹਾ, ਆਪਾਂ ਪਹਿਲਾਂ ਵਿਚਾਰ ਕੀਤੀ ਵੀ ਦਸਵਾਂ ਦੁਆਰ ਉਹਤੇ ਮਾਸ ਦੀ ਝਿੱਲੀ ਹੁੰਦੀ ਹੈ, ਮਾਂ ਦੇ ਪੇਟ 'ਚ ਖੁੱਲ੍ਹਾ ਸੀ, ਉਦੋਂ ਇਹ ਸਿਰ ਥੱਲੇ ਸੀ ਸਾਡਾ ਥੱਲੇ, ਹੁਣ ਉਸ ਵਾਹਿਗੁਰੂ ਨੇ ਜਦੋਂ ਜਾਨ ਪਾਉਣੀ ਚਾਹੀ, ਉਹਨੂੰ ਪਤਾ ਲੱਗੇ ਵੀ ਮਾਂ ਦੇ ਪੇਟ ਵਿੱਚ ਇੱਕ ਖਤਰਾ ਹੈ, ਡੇਂਜਰ ਹੈ, ਇਹਨੇ ਬਚਣਾ ਹੈ। ਇਹ ਉਸੇ ਨੂੰ ਪਰਮੇਸ਼ਰ ਨੂੰ ਪਤਾ ਸੀ, ਇਹ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ, ਇਹ ਕਲਗੀਧਰ ਮਹਾਰਾਜ ਨੇ ਵੀ ਆਪਣੇ ਸਵੀਏ ਵਿੱਚ ਲਿਖੀ ਹੈ ਕਿ ਇਹਨੇ ਬਚਣਾ ਨਹੀਂ, ਇੱਥੇ ਇੱਕ ਚੀਜ਼ ਹੋਰ ਦੇਣੀ ਪਊ, ਇਹਨੂੰ ਵੈਦਰ ਪਰੂਫ ਕਰਨਾ ਪਊ। ਦੇਖੋ ਗਰਮੀ ਦੇ ਦਿਨ ਹੈ, ਮਾਂ ਭਾਵੇਂ ਏ ਸੀ 'ਚ ਬੈਠੀ ਹੈ, ਉੱਥੇ ਇੱਕ ਖਤਰਾ ਪਰਮੇਸ਼ਰ ਨੂੰ ਭਾਸਿਆ, ਉਹ ਕੀ ਸੀ? ਉੱਥੇ ਹੈ ਜਠਰਾਨਨ ਅਗਨੀ, ਅਗਨੀ ਚਾਰ ਪ੍ਰਕਾਰ ਦੀ ਅੱਗ ਹੈ ਬ੍ਰਹਮੰਡ ਵਿੱਚ, ਗੁਰੂ ਗ੍ਰੰਥ ਸਾਹਿਬ ਜ਼ਿਕਰ ਆਉਂਦਾ, ਚਾਰੇ ਅਗਨ ਨਵਾਰ ਮਰ ਗੁਰਮੁਖ ਹਰ ਜਲ ਪਾਏ, ਥੋੜ੍ਹਾ ਥੋੜ੍ਹਾ ਜ਼ਿਕਰ ਕਰਦੇ ਮੈਂ, ਚਾਰ ਅੱਗਾਂ ਕਿਹੜੀਆਂ ਕਿਹੜੀਆਂ, ਵੱਖ ਵੱਖ ਹੈ, ਉਹਦਾ ਕੇਂਦਰ ਕਿੱਥੇ ਹੈ? ਪਹਿਲੀ ਪ੍ਰਤੱਖ ਅਗਨੀ ਸਾਡੇ ਚੁੱਲ੍ਹੇ ਵਿੱਚ ਮਚਦੀ ਹੈ, ਗੈਸ ਵਿੱਚ ਭੱਠੇ ਦੀਆਂ ਇੱਟਾਂ ਬਣਦੀਆਂ, ਸਾਡਾ ਸਰੀਰ ਵੀ ਇਹਦੇ ਵਿੱਚ ਸੰਸਕਾਰ ਹੋ, ਇਹਨੂੰ ਕਹਿੰਦੇ ਪ੍ਰਤੱਖ ਅਗਨੀ, ਇਹਦਾ ਸੂਰਜ ਨਾਲ ਸੰਬੰਧ। ਦੂਸਰੀ ਹੈ ਜਠਰਾਨਨ ਅਗਨੀ, ਜਿਹਦਾ ਖਤਰਾ ਸੀ ਸਾਨੂੰ,
ਇਹਨੂੰ ਡਾਕਟਰ ਦੀ ਭਾਸ਼ਾ ਵਿੱਚ ਕਹਿੰਦੇ ਟੈਂਪਰੇਚਰ। ਆਪਾਂ ਸਾਰੇ ਬੈਠੇ ਹਾਂ ਨਾ, ਸਭ ਦੇ ਅੰਦਰ 98.4 ਹੈ, 98.4 ਬੜੀ ਖਤਰਨਾਕ ਬੜੀ ਹੈ। ਜਿਵੇਂ ਬੇੜੀ ਡੁੱਬਦੀ ਵੀ ਪਾਣੀ ਵਿੱਚ ਹੈ ਅਤੇ ਚੱਲਦੀ ਵੀ ਪਾਣੀ ਵਿੱਚ ਹੈ, ਬੇੜੀ ਪਾਣੀ ਤੋਂ ਬਿਨਾਂ ਚੱਲ ਨਹੀਂ ਸਕਦੀ ਅਤੇ ਡੁੱਬਦੀ ਵੀ ਪਾਣੀ। ਇਸੇ ਤਰ੍ਹਾਂ ਜਠਰਾਨਨ ਅਗਨੀ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਇਹ 98.4 ਜੇ ਕਿਤੇ ਵੱਧ ਜੇ, 100 ਡਿਗਰੀ ਹੋ ਜੇ, 102, 103, 104, 104 ਡਿਗਰੀ ਅਤੇ 104 'ਤੇ ਡਾਕਟਰਾਂ ਨੂੰ ਫਿਕਰ ਪੈ ਜਾਂਦਾ ਵੀ ਬੁਖਾਰ ਵੱਧ ਗਿਆ, ਇਹਦੇ ਠੰਡੀਆਂ ਪੱਟੀਆਂ ਲਾਓ ਬਰਫ਼ ਵਿੱਚ ਭਿਉਂ ਕੇ। 106-107 'ਤੇ ਬੰਦਾ ਮਰ ਜਾਂਦਾ। ਇਹ ਜਠਰਾਨਨ ਅਗਨੀ ਖਤਰਨਾਕ ਵੀ ਬੜੀ ਹੈ। ਔਰ ਇਹ 'ਚ ਹੁਣ ਵੈਦਰ ਪਰੂਫ ਪਰਮੇਸ਼ਰ ਕਰਦਾ ਇੱਕ ਚੀਜ਼ ਹੋਰ ਦਿੰਦਾ ਉਸ ਵੇਲੇ, ਉਦੋਂ ਵੀ ਕੰਟੈਕਟ ਕਰਦਾ, ਸਮਝੌਤਾ ਵੀ ਤੈਨੂੰ ਇੰਨੇ ਚਿਰ ਵਾਸਤੇ ਹੈ। ਉਹ ਵੀ ਤੁਸੀਂ ਕਹੋਗੇ ਕਿੱਥੇ ਲਿਖਿਆ, ਕਿਉਂਕਿ ਹਰ ਪ੍ਰਮਾਣ ਗੁਰਬਾਣੀ 'ਚੋਂ ਦੇਣਾ ਪਊਗਾ। ਨਹੀਂ ਤਾਂ ਮੈਨੂੰ ਉੱਥੋਂ ਤੁਸੀਂ ਮੁੱਖ ਗੇਟ 'ਤੇ ਘੇਰ ਲਓਗੇ ਵੀ ਇਹ ਕਿੱਥੋਂ ਪੜ੍ਹ ਕੇ ਸੁਣਾਇਆ। ਘੇਰ ਲੈਣ 'ਤੇ ਅੱਜ ਕੋਈ ਬੋਲਦਾ ਪ੍ਰਚਾਰਕ, ਸਾਡੇ ਸਿੱਖ ਕੌਮ 'ਚ ਲੜਾਈ ਇਹੋ ਚੱਲ ਰਹੀ ਹੈ, ਕੋਈ ਪੜ੍ਹ ਕੇ ਬੋਲਦਾ। ਅੱਜ ਕਥਾ ਕਰਨੀ ਸੌਖੀ ਨਹੀਂ, ਅਖਬਾਰਾਂ 'ਚ ਟੀ ਵੀ 'ਤੇ ਉਹਨਾਂ ਦੀਆਂ ਲੜਾਈਆਂ ਦੇ ਜ਼ਿਕਰ ਆ ਰਹੇ ਆ। ਅੱਜ ਸਿੱਖ ਹੋਣ ਦਾ ਦੁਖਾਂਤ ਹੈ ਵੀ ਆਪਸ ਵਿੱਚ ਹੀ ਉਲਝ ਪਏ। ਜੇ ਗੁਰੂ ਦੇ ਸਿੱਖ ਹੋਣ ਆਪਸ ਵਿੱਚ ਹੀ ਨਹੀਂ ਲੜਨਗੇ। ਗੁਰਸਿੱਖਾਂ ਇੱਕੋ ਪਿਆਰ, ਪਰ ਹਾਲਾਤ ਵਿਗੜ ਗਏ। ਗੁਰੂ ਕਿਰਪਾ ਕਰੇ ਸਾਡੇ 'ਤੇ। ਇਸ ਕਰਕੇ ਉਹ ਦਿੰਦਾ, ਜਦੋਂ ਇੱਕ ਚੀਜ਼ ਹੋਰ ਦਿੰਦਾ ਉਦੋਂ ਵੈਦਰ ਪਰੂਫ ਕਰਦਾ ਇਹਨੂੰ। ਉਹਦਾ ਨਾਂ ਲਿਖਿਆ ਗੁਰਬਾਣੀ ਵਿੱਚ, ਹਲੇ ਜਾਨ ਨਹੀਂ ਪਾਈ ਬੱਚੇ ਵਿੱਚ, ਸਾਡੇ ਵਿੱਚ ਜਾਨ ਨਹੀਂ ਪਾਈ। ਉਹਦਾ ਨਾਂ ਲਿਖਿਆ ਲਿਵ, ਬਈ ਹੁਣ ਤੈਨੂੰ ਮੈਂ ਲਿਵ ਦਿੰਦਾ, ਲਿਵ ਕੀ ਸਿਮਰਨ। ਵੀ ਜਿੰਨਾ ਚਿਰ ਤੂੰ ਮਾਂ ਦੇ ਪੇਟ ਵਿੱਚ ਰਵੇਂਗਾ ਨਾ, ਉਨਾ ਚਿਰ ਤੈਨੂੰ ਇਹ ਲਿਵ ਦਿੱਤੀ ਹੈ, ਕਿਸੇ ਹੋਰ ਬਾਕੀ ਯੂਨੀਅਨ ਨੂੰ ਇਹ ਫੈਸਿਲਿਟੀ ਨਹੀਂ। ਇਸੇ ਕਰਕੇ ਜਦੋਂ ਬੱਚਾ ਜਨਮ ਲੈਂਦਾ ਨਾ, ਦੇਖੋ 84 ਲੱਖ ਯੂਨੀਅਨ ਸਭ ਦੇ ਬੱਚੇ ਜਨਮ ਲੈਂਦੇ ਆ, ਚੁੱਪ ਚਾਪ ਜਨਮ ਲੈਂਦੇ ਆ, ਪਰ ਇੱਕ ਮਨੁੱਖੀ ਬੱਚਾ ਬੱਚੀ ਹੈ ਜਿਹੜਾ ਕਿਤੇ ਵੀ ਦੁਨੀਆਂ ਦੇ ਕਿਸੇ ਦੇਸ਼ ਵਿੱਚ ਜਨਮ ਲੈਂਦਾ, ਚੀਕਾਂ ਮਾਰ ਕੇ ਜਨਮ ਲੈਂਦਾ। ਤੁਸੀਂ ਜਿਹਦੀ ਮਾਂ ਬੈਠੀ ਆ ਪੁੱਛ ਲਓਗੇ ਜਾ ਕੇ ਵੀ ਮਾਂ ਮੈਂ ਕਿੰਨਾ ਚਿਰ ਹੋਇਆ, ਜ਼ਰੂਰ ਦੱਸੇ 20 ਮਿੰਟ ਰੋਇਆ। ਚੀਕਾਂ ਮਾਰ ਕੇ ਜਨਮ ਲੈਂਦੇ ਆ, ਉਦੋਂ ਬੱਚੇ ਨੂੰ ਭੁੱਖ ਨਹੀਂ ਹੁੰਦੀ, ਦੁੱਖ ਨਹੀਂ ਹੁੰਦਾ, ਪਰ ਫਿਰ ਵੀ ਹੁੰਦਾ, ਇਹਦਾ ਕਾਰਨ ਇੱਕ ਹੈ। ਔਰ ਇਹ ਫੈਸਿਲਿਟੀ ਬਾਕੀ ਯੂਨੀਅਨ ਵਿੱਚ ਨਹੀਂ, ਇਹ ਸਿਰਫ ਮਨੁੱਖੀ ਬੱਚੇ ਵਿੱਚ ਨਹੀਂ। ਉਹਦੇ ਲਈ ਉਹ ਲਿਵ, ਹੁਣ ਤੁਸੀਂ ਕਹੋਗੇ ਲਿਖਿਆ ਕਿ ਇੱਥੇ ਆਓ, ਇੱਧਰੋਂ ਪ੍ਰਮਾਣ ਲਓ। ਮਾਤ ਗਰਭ ਮੈਂ ਆਪਨ ਸਿਮਰਨ ਦੇਹ, ਉਦੋਂ ਬੱਚੇ ਨੂੰ ਤਾਂ ਪਤਾ ਨਹੀਂ ਵੀ ਸਿਮਰਨ ਕਰਨਾ ਕਿਵੇਂ ਹੈ, ਪਰ ਉਹ ਪਰਮੇਸ਼ੁਰ ਭਗਵਾਨ ਅੱਲਾ ਗੌਡ ਸਮਰੱਥ ਹੈ, ਉਹ ਕਰਾਉਂਦਾ। ਉਦੋਂ ਮਾਤ ਗਰਭ ਮੈਂ ਆਪਨ ਸਿਮਰਨ ਦੇਹ, ਅਰਧ ਕਰਨ ਦੀ ਲੋੜ ਹੀ ਨਹੀਂ। ਤਹਿ ਤੁਮ ਰਾਖਣ ਹਾਰੇ, ਜਠਰਾਨਣ ਅਗਨੀ ਨੂੰ ਕਿਹਾ ਪਾਵਕ ਸਾਗਰ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਕਰਕੇ ਉੱਥੇ ਵੈਦਰ ਪਰੂਫ ਕਰਦਾ ਲਿਵ ਦੇ ਅੰਦਰ ਸਿਮਰਨ। ਇਹ ਲਿਵ ਇਹੋ ਜਿਹੀ ਹੈ, ਬਾਅਦ ਵਿੱਚ ਵੀ ਜੇ ਅਰਦਾਸ ਕੀਤੀ ਹੈ ਪਾਤਸ਼ਾਹ ਜੀ ਉਹ ਲਿਵ ਹੁਣ ਸਾਨੂੰ ਦੇ ਦੇ, ਗਰੀਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਉਹ ਲਿਵ ਦਿੰਦਾ ਵੀ ਲਿਵ ਤੈਨੂੰ ਓਨਾ ਚਿਰ ਰਹੂਗੀ ਜਿੰਨਾ ਚਿਰ ਮਾਂ ਦੇ ਪੇਟ ਵਿੱਚ, ਇਸ ਜਠਰਾਨਨ ਅਗਨੀ ਤੋਂ ਬਚਾਊਗੀ ਤੈਨੂੰ। ਜਿਹੜੇ ਬੱਚੇ ਨੂੰ ਲਿਵ ਨਹੀਂ ਮਿਲਦੀ ਉਹ ਬੱਚਾ ਜਿਉਂਦੇ ਜੀ ਜਨਮ ਨਹੀਂ ਲੈ ਸਕਦਾ, ਮਾਂ ਦੇ ਪੇਟ ਵਿੱਚੋਂ ਮਰਿਆ ਕੱਢਣਾ ਪੈਂਦਾ, ਡੈੱਡ ਬੋਡੀ ਹੈ। ਇਸ ਕਰਕੇ ਲਿਵ ਇਹੀ ਲਿਵ ਸੀ ਜੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬੈਠੇ ਸੀ ਅਤੇ ਫਿਰ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ, ਉਹ ਲਿਵ ਸੀ। ਇਸ ਕਰਕੇ ਅਰਦਾਸ ਕਰੀ ਦੀ ਵੀ ਸੱਚੇ ਪਾਤਸ਼ਾਹ ਇਹ ਲਿਵ ਸਾਨੂੰ ਰਹਿਣ ਹੀ ਦੇ ਸਦਾ ਵਾਸਤੇ, ਔਰ ਉਹ ਲਿਵ ਦਿੰਦਾ। ਇਸ ਤੋਂ ਬਾਅਦ ਫਿਰ ਜਦੋਂ ਸਰੀਰ ਵਿੱਚ ਪਾਉਂਦਾ ਨਾ ਕਿੱਥੋਂ ਦੀ ਪਤਾ ਹੈ, ਕਿਉਂਕਿ ਗੁਰਬਾਣੀ ਹੈ ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਦਾ ਅਨੁਭਵ ਦੁਆਰਾ ਇਹ ਗੱਲਾਂ ਸਤਿਗੁਰਾਂ ਨੇ ਲਿਖੀਆਂ, ਫਿਰ ਸਿਰਾਂ ਦਾ ਪਾਸਾ ਖੁੱਲ੍ਹਾ ਸੀ। ਜਿਹਨੂੰ ਅਸੀਂ 10ਵਾਂ ਦੁਆਰ ਬੱਚੇ ਦੇ ਸਿਰ ਵਿੱਚ ਪੌਲੀ ਪੌਲੀ ਜਗ੍ਹਾ ਹੁੰਦੀ, ਇਹ ਖੁੱਲ੍ਹਾ ਸੀ। ਇਹ ਦੋ ਚੀਜ਼ਾਂ, ਦੋ ਘਟਨਾਵਾਂ ਵਾਪਰੀਆਂ। ਦੇਖੋ ਪਹਿਲਾਂ ਉਹਨੇ ਹਉਮੈ ਲਾਈ, ਫਿਰ ਲਿਵ ਦਿੱਤੀ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਸਰੀਰ ਦੇ ਵਿੱਚ ਪਾਇਆ ਕਿੱਥੋਂ ਦੀ, ਸਿਰ ਵਾਲੇ ਪਾਸੇ। ਉਦੋਂ ਸਿਰ ਸਾਡਾ ਥੱਲੇ ਸੀ, ਹੁਣ ਜਦੋਂ ਲਿਵ ਅੰਦਰ ਇਹ ਚਲਾ ਗਿਆ ਅਤੇ ਫਿਰ ਇਹਦਾ ਜਪ ਚੱਲਦਾ, ਸਿਮਰਨ ਚੱਲਦਾ। ਉੱਥੇ ਸੀਤਾ ਕੋਠਾ, ਕਿਉਂਕਿ ਮੁੱਖ ਤਲੈ ਪੈਰ ਉੱਪਰ ਵਸੰਦੋ ਕਾਥੜ ਹੈ ਥਾਏ,
ਨਾਨਕ ਸੋ ਧਣੀ ਕਿਉਂ ਵਿਸਾਰੀਏ ਉਧਰੇ ਜਿਸ ਦੇ ਨਾਰੀ। ਹੁਣ ਇਹ ਤਾਂ ਬਚਦਾ ਕਲਗੀਧਰ ਮਹਾਰਾਜ ਨੇ ਵੀ ਕਿਹਾ ਉੱਥੇ ਰੱਖਿਆ ਕਰਦਾ ਹੈ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਕਿੱਥੇ ਕਿੱਥੇ ਰੱਖਿਆ ਕਰਦਾ ਪਰਮੇਸ਼ਰ, ਧਿਆਨ ਦੇਣਾ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ। ਰਾਖਤ ਹੈ ਆਪਣੋ ਕਰਦੇ ਕਰ ਪਾਪ ਸਬੂ ਨਾ ਭੇਟਨ ਪਾਵੇ। ਆ ਚੌਥੀ ਪੰਕਤੀ ਆ ਗਈ ਮਾਂ ਦੇ ਪੇਟ ਵਾਲੀ, ਉੱਥੇ ਰੱਖਿਆ ਕਰਦਾ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਇਸ ਕਰਕੇ ਬੱਚੇ ਵਿੱਚ ਜਾਨ ਪਾਏ ਦਿੱਤੀ, ਇਹ ਹੁਣ ਪਤਾ ਚੱਲ ਗਿਆ ਆਪਾਂ ਨੂੰ ਇਹ ਰਸਤਾ ਸਾਡਾ। ਹੁਣ ਇਹ ਵੀ ਸਮਝ ਲਓ ਜਦੋਂ ਇਹਦਾ ਹੁੰਦਾ ਜਨਮ, ਔਰ ਜਨਮ ਤੋਂ ਪਹਿਲਾਂ 45 ਦਿਨ ਪਹਿਲਾਂ ਇਹ ਗੱਲ ਸ਼ਾਸਤਰਾਂ 'ਚ ਲਿਖੀ ਹੁੰਦੀ ਹੈ। ਕਿਤੇ ਤਰਕ ਨਾ ਕਰਿਆ ਕਰੂੰ, ਕਿਉਂਕਿ ਮਹਾਰਾਜ ਕਹਿੰਦੇ ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਵੇਦ ਪੁਰਾਣ ਕਹੋ ਮਤ ਝੂਠੇ, ਵੇਦ ਪੁਰਾਣ ਕਹੋ ਮਤ ਝੂਠੇ, ਵੇਦ ਪੁਰਾਣ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰੇ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਪੁਰਾਣ ਕਹੋ ਮਤ ਝੂਠੇ। ਪਰ ਜਿਹੜੇ ਪੁੱਠੀ ਖੋਪੜੀ ਵਾਲੇ ਅਰਥ ਇਹਦੇ ਪਤਾ ਕੀ ਕਰਦੇ ਆ, ਵੇਦ ਪੁਰਾਣ ਕਹੋ ਮਤ, ਇੱਥੇ ਵਿਖਰਾਉਂਦੇ ਕਹਿੰਦੇ ਝੂਠੇ, ਪਰ ਅਗਲੀ ਪੰਕਤੀ ਨਹੀਂ ਨਾ ਵਿਚਾਰਦੇ, ਝੂਠਾ ਜੋ ਨਾ ਵਿਚਾਰੇ। ਇਸ ਵਾਸਤੇ ਜਿਸ ਵੇਲੇ ਜਾਨ ਪਾ ਦਿੱਤੀ, ਤਿੰਨ ਘਟਨਾਵਾਂ ਵਾਪਰੀ, ਪਹਿਲਾਂ ਉਹਨੇ ਹੋਮੇ ਲਾਈ, ਫਿਰ ਦੂਸਰਾ ਲਿਵ ਦਿੱਤੀ, ਤੀਸਰਾ ਜਾਨ ਪਾਈ। ਔਰ ਮੈਡੀਕਲ ਡਾਕਟਰ ਨੂੰ ਇਸਦਾ ਬਿਲਕੁਲ ਪਤਾ ਨਹੀਂ। ਠੀਕ ਹੈ, ਬੱਚੇ ਦੀ ਚੈੱਕਅਪ ਕਰਦੇ ਆ, ਦਵਾਈਆਂ ਦਿੰਦੇ ਆ, ਪਰ ਆਤਮ ਇਹ ਤਾਂ ਸਰੀਰ ਤੱਕ ਸੀਮਤ ਹੈ, ਆਤਮਾ ਤੱਕ ਨਹੀਂ। ਔਰ ਜਿਸ ਵੇਲੇ ਫਿਰ ਇਹਦੇ 'ਤੇ ਜਨਮ ਤੋਂ 45 ਦਿਨ ਪਹਿਲਾਂ ਜਿੱਥੋਂ ਦੀ ਸਾਨੂੰ ਸਰੀਰ 'ਚ ਪਾਇਆ ਨਾ, ਅਤੇ ਮਾਸ ਦੀ ਝਿੱਲੀ ਆ ਜਾਂਦੀ ਹੈ। ਜਦੋਂ ਬੱਚਾ ਜਨਮ ਲੈਂਦਾ ਉਦੋਂ ਉਹ ਪਹਿਲਾਂ ਕੰਟੈਕਟ ਟੁੱਟ ਜਾਂਦਾ, ਕਿਉਂਕਿ ਲਿਵ ਛੁੱਟ ਕੇ ਉਹ ਖੋਹ ਲੈਂਦਾ। ਜਿਹਦੇ ਆਸਰੇ ਮਾਂ ਦੇ ਪੇਟ ਵਿੱਚ ਪੁੱਠਾ ਵੀ ਸੀ, ਉੱਥੇ ਸੀ ਤਾਂ ਪੁੱਠਾ ਕੰਮ ਸਿੱਧਾ ਕਰਦਾ ਸੀ, ਪਰ ਬਾਹਰ ਆ ਕੇ ਸਿੱਧਾ ਹੋ ਜਾਂਦਾ, ਕੰਮ ਪੁੱਠੇ ਸ਼ੁਰੂ ਕਰ ਦਿੰਦਾ। ਪਰ ਉਸ ਵੇਲੇ ਉਹ ਲਿਵ ਖੋਹ ਲੈਂਦਾ, ਖੋਹ ਲੈਂਦਾ, ਅਤੇ ਉਹ ਹੁਣ ਬੱਚਾ ਬੜਾ ਰੋਂਦਾ, ਜਨਮ ਹੋਣ ਸਾਰ ਬਹੁਤ ਰੋਂਦਾ। ਜਿਹੜੀ ਚੀਜ਼ ਬੱਚੇ ਨੂੰ ਚਾਹੀਦੀ ਹੈ ਉਹ ਨਾ ਡਾਕਟਰ ਪਾਸ ਹੈ, ਨਾ ਮਾਂ ਪਾਸ ਹੈ, ਨਾ ਦਾਈ ਪਾਸ ਹੈ, ਉਹ ਤਾਂ ਹੈ ਹੀ ਨਹੀਂ ਕਿਸੇ ਕੋਲ। ਇਸ ਕਰਕੇ 84 ਲੱਖ ਯੋਨੀਆਂ ਦੇ ਬੱਚੇ ਪੈਦਾ ਹੁੰਦੇ ਆ, ਸਭ ਦੇ ਚੁੱਪ ਚਾਪ ਜਲ ਜੀਵ ਅੰਡਿਆਂ ਵਿੱਚੋਂ ਬੱਚੇ ਨੇ ਕਦੇ ਖੁਸ਼ੀ ਖੁਸ਼ੀ ਗੀਤ ਗਾਉਂਦੇ ਚਰਚ ਹੁੰਦੇ, ਪਰ ਆਪਾਂ ਸਾਰੇ ਚੀਕਾਂ ਮਾਰ ਕੇ ਜਨਮ ਲੈਂਦੇ ਹਾਂ। ਇਸ ਗੱਲ ਨੂੰ ਭਾਈ ਗੁਰਦਾਸ ਨੂੰ ਵੀ ਦੱਸਿਆ ਸੀ, ਰੋਵੈ ਰਤਨ ਗਵਾਏ ਕਹਿ ਮਾਇਆ ਮੋਹ ਅਗਿਆਨ ਗਵਾਰਾ, ਉਹ ਰੋਵੈ ਦੁੱਖ ਆਪਣਾ, ਹਸ ਹਸ ਗਾਵੈ ਸਭ ਪਰਵਾਰ। ਇਸ ਕਰਕੇ ਜਦੋਂ ਜਨਮ ਹੋ ਜਾਂਦਾ ਉਹ ਜਿਹੜੀ ਲੇਵ ਖੋਹ ਲੈਂਦਾ, ਇਸ ਕਰਕੇ ਅਰਦਾਸ ਕੀਤੀ ਜਾਂਦੀ ਹੈ ਗਈ ਬਹੋੜ ਮਹਾਰਾਜ, ਉਹ ਜਿਹੜੀ ਲੇਵ ਹੈ ਸਭ ਬਹੋੜ ਹੁੰਦਾ ਵਾਪਸ ਕਰ ਦੇ ਸਾਨੂੰ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਧਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਬਈ ਸਾਨੂੰ ਹੁਣ ਉਹ ਮਹਾਰਾਜ ਕਰਮ ਧਰਮ ਦੇ ਆਉਂਦੇ ਨਹੀਂ, ਤੂੰ ਉਹ ਮੈਂ ਜੇਕਰ ਲਿਵ ਦੇ ਦੇ ਅਰਦਾਸ। ਇਸ ਕਰਕੇ ਇੱਥੋਂ ਤੱਕ ਆਪਾਂ ਸਫ਼ਰ ਵੇਖੀਏ ਵੀ ਸਾਡੇ ਵਿੱਚ ਜਾਨ ਉਸ ਵਾਹਿਗੁਰੂ ਨੇ ਕਿਵੇਂ ਪਾਈ, ਮੈਡੀਕਲ ਸਾਇੰਸ ਦੇ ਹੱਥ ਖੜੇ ਉਹ ਤਾਂ ਨਹੀਂ ਦੱਸ ਸਕਦੇ, ਸਰੀਰ ਦੀ ਜਗ੍ਹਾ ਆਪਾਂ ਕਰ ਸਕਦੇ ਹਾਂ। ਔਰ ਹੁਣ ਜਦੋਂ ਬੱਚਾ ਜਨਮ ਲੈਣ ਦਾ ਨਾ, ਜਿਹੜਾ ਦਸਮ ਦੁਆਰ ਹੈ ਜਿੱਥੋਂ ਦੀ ਜਾਨ ਪਾਈ ਹੈ, ਸਿਰ ਵਿੱਚ ਪੋਲੀ ਪੋਲੀ ਜਗ੍ਹਾ,
और फिर मां के दुध से निर्भर करता है। इनू हड्डी कवर कदम कदों करती है खोपड़ी की, सत्त महीने ये हड्डी ना वध के पूरा वो जिहड़ा दसवां द्वार बंद हो जाता जिथों की सानू शरीर च पाया। हुण पूरा कवर होया, कई बच्चे मां के दुध से निर्भर करता है 11 महीने कवर करते हैं। जिहड़े रास्ते असीं आए सी बंद हो गया। हुण पहली गल तो असीं निकलना चाहुंदे भी नहीं, सानू पता ही नहीं भी असीं होर हाँ, शरीर साडा होर है, सोझी नहीं, इस करके असीं मरना भी नहीं चाहुंदे। ਇਹ ਗੱਲ ਤਾਂ ਸਿੱਖਣੀ ਕਿੱਥੋਂ ਵੀ ਸਰੀਰ ਕਿਵੇਂ ਛੱਡਣਾ, ਕਿਉਂਕਿ ਅਸੀਂ ਤਾਂ ਜ਼ਮੀਨ ਛੱਡਣਾ ਨਹੀਂ ਚਾਹੁੰਦੇ। ਅਤੇ ਧੰਨ ਸੀ ਭਾਈ ਜਸਵਿੰਦਰ ਸਿੰਘ, 3 ਕਿੱਲੇ 25 ਲੱਖ ਦਾ ਭਾਅ ਹੋਵੇ ਅਤੇ ਇਹ ਦਿਲ ਚਾਹੀਦਾ। ਇਸ ਕਰਕੇ ਕਈ ਬੰਦੇ ਤਾਂ ਜੀਵਨ ਉਹਨਾਂ ਦਾ ਜੀਵਨ ਮਹਾਨ ਹੁੰਦਾ, ਕਈ ਬੰਦਿਆਂ ਦੀ ਮੌਤ ਮਹਾਨ ਹੁੰਦੀ ਹੈ ਅਤੇ ਕਈ ਬੰਦਿਆਂ ਦਾ ਜਨਮ ਮਹਾਨ ਹੁੰਦਾ। ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਵੀ ਪ੍ਰਗਟੇ ਲਿਖੇ, ਉਹ ਵੀ ਮਹਾਨ। ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਵੀ ਮਹਾਨ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਦਾ ਸੰਸਕਾਰ ਨਹੀਂ ਹੋਇਆ, ਅਰਥੀ ਨਹੀਂ ਉੱਠੀ। ਗੁਰੂ ਨਾਨਕ ਦੇਵ ਮਹਾਰਾਜ ਦੀ ਅਰਥੀ ਨਹੀਂ ਉੱਠੀ, ਉਹਨਾਂ ਦਾ ਜੋਤ ਨਹੀਂ ਰੋਣਾ ਵੀ ਮਹਾਨ। ਪਰ ਇਸ ਸੰਸਾਰ ਵਿੱਚ ਕਈ ਬੰਦਿਆਂ ਦੇ ਜੀਵਨ 'ਚ ਮਹਾਨ ਹੁੰਦੇ ਆ, ਕਈ ਮੌਤ ਤੋਂ ਬਾਅਦ ਮਹਾਨ ਹੁੰਦੇ ਆ, ਮੌਤ ਮਹਾਨ ਕਰ ਦਿੰਦੀ ਹੈ ਉਹਨਾਂ ਨੂੰ ਸ਼ਹੀਦਾਂ। ਸੋ ਭਾਈ ਜਸਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ, ਇਹਨਾਂ ਦਾ ਜੀਵਨ ਮਹਾਨ ਸੀ। ਆਹ ਮਹਾਨਤਾ ਤੁਸੀਂ ਸ਼ਰਧਾਂਜਲੀਆਂ 'ਚ ਕਹੋਗੇ ਉਹ ਇੰਨੀ ਮਹਾਨਤਾ ਪ੍ਰਗਟ ਨਹੀਂ ਹੋਣੀ, ਬਿਲਕੁਲ ਨਹੀਂ ਹੋਣੀ, ਉਹ ਤਾਂ ਫਿੱਕੀਆਂ ਲੱਗਣਗੀਆਂ। ਉਹਨਾਂ ਦੀ ਮਹਾਨਤਾ ਸਾਰਾ ਏਰੀਆ ਬਿਲਡਿੰਗ ਦੱਸੇਗੀ। ਇਸ ਕਰਕੇ ਹੁਣ ਜਨਮ, ਜੀਵਨ ਔਰ ਮੌਤ, ਜਿਸ ਵੇਲੇ ਆਓ ਆਪਾਂ ਉਸੇ ਪੁਆਇੰਟ ਵੱਲ ਵੀ ਛੱਡਣਾ ਨਹੀਂ ਚਾਹੁੰਦੇ ਅਸੀਂ। ਸਾਡੇ ਬਰਨਾਲੇ ਲੱਗ ਗਏ, ਟਰਾਈਡੈਂਟ ਵਾਲਿਆਂ ਨੇ ਜੱਟਾਂ ਦੀ ਜ਼ਮੀਨ ਖੋਹੀ, ਉੱਥੇ ਟਰਾਈਡੈਂਟ ਦਾ ਉਹ ਲਾਤਾ, ਨਾਲੇ ਪੈਸਾ ਬੜਾ ਦਿੱਤਾ, ਹਲੇ ਵੀ ਵਿਲਕੀ ਆ। ਛੱਡਣਾ ਔਖਾ ਹੈ, ਘਰ ਛੱਡਣਾ ਬਹੁਤ ਔਖਾ ਹੈ, ਕੋਈ ਜ਼ਬਰਦਸਤੀ ਕੱਢੇ ਪੈਸੇ ਵੀ ਦੇ ਦੇਣ, ਪਰ ਸਰੀਰ ਛੱਡਣਾ ਬਹੁਤ ਔਖਾ ਹੈ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਜਾਚ ਨਹੀਂ ਸਰੀਰ ਛੱਡਣਾ ਕਿਵੇਂ ਹੈ, ਜਦੋਂ ਮੌਤ ਆਉਂਦੀ ਹੈ ਤਾਂ ਧੱਕਾ ਹੁੰਦਾ, ਧੱਕੇ ਨਾਲ ਲੈ ਜਾਂਦੇ ਆ। ਕਬੀਰ ਮਰਤਾ ਮਰਤਾ ਜਗ ਮੋਆ, ਮਰ ਪੀ ਨਾ ਜਾਣੇ ਕੋ, ਮਰ ਪੀ ਨਾ ਜਾਣੇ ਕੋਏ, ਮਰ ਪੀ ਨਾ ਜਾਣੇ ਕੋਏ, ਮਰ ਪੀ ਨਾ ਜਾਣੇ ਕੋਏ। ਮਰਦਾ ਮਰਦਾ ਜਗ ਮੋਆ, ਮਰ ਪੀ ਨਾ ਜਾਣੇ ਸੋ ਵਿੱਚ ਵਿੱਚ ਜ਼ਿਕਰ ਕਰ ਰਿਹਾ ਸੀ ਮੈਂ 4 ਅੱਗਾਂ ਦਾ, 2 ਹੀ ਦੱਸੀਆਂ ਸੀ, ਇੱਕ ਹੋਰ ਵੀ ਦੱਸ ਦੇਵਾਂ ਉਸ ਤੋਂ ਬਾਅਦ। ਕਿ ਪਹਿਲੀ ਪ੍ਰਤੱਖ ਅਗਨੀ, ਦੂਸਰੀ ਜਠਰਾਨਨ ਅਗਨੀ, ਤੀਸਰੀ ਹੈ ਬੜਵਾਨਲ ਅਗਨੀ। ਇਹ ਕਿੱਥੇ ਹੁੰਦੀ ਹੈ? ਸਮੁੰਦਰ ਵਿੱਚੋਂ ਪ੍ਰਗਟ ਹੁੰਦੀ ਹੈ। ਜਦੋਂ ਇਹ ਪ੍ਰਗਟ ਹੋ ਜਾਏ ਸਮੁੰਦਰ ਵਿੱਚ ਉੱਛਲ ਜਾਂਦਾ ਸਮੁੰਦਰ, ਅਤੇ ਮੁਲਕਾਂ ਦੇ ਮੁਲਕ ਡੁੱਬ ਜਾਂਦੇ ਆ, ਸੈਲਾਨੀ ਲਹਿਰਾਂ ਪੈਦਾ ਹੋ ਜਾਂਦੀਆਂ। ਇਹਨੂੰ ਕਹਿੰਦੇ ਬੜਵਾਨਲ ਅਗਨੀ ਸੀ, ਜਿੱਥੇ ਬ੍ਰਹਮ ਅਗਨੀ ਦਾ ਵਰਾਈ ਕਹੋ। ਇੱਕ ਬਾਬਾ ਸਾਧੂ ਸੁਣੇ ਮਰਨ ਤੋਂ ਬਾਅਦ ਆਪਣੇ ਸਰੀਰ ਦਾ ਸੰਸਕਾਰ ਆਪ ਕੀਤਾ ਸੀ ਬ੍ਰਹਮ ਅਗਨੀ ਦਾ। ਦਿੱਲੀ ਤੋਂ 22 ਕਾਲ ਡੇਟਾ ਜਿਹੜਾ ਗੰਜ ਗੜਵਾਲ ਯੂਪੀ ਦਾ ਯਾਦਗਾਰ ਬਣੀ ਹੋਈ ਹੈ। ਔਰ ਉਹਨੇ ਜਦੋਂ ਕੀਤਾ, ਅਗਲੇ ਦਿਨ ਯੂਪੀ ਦੀਆਂ ਨਿਊਜ਼ ਪੇਪਰ ਅਖਬਾਰਾਂ ਵਿੱਚ ਹੈਡਲਾਈਨ ਸੀ ਕਿ ਬਾਬਾ ਸਾਧੂ ਸੁਣੇ ਬ੍ਰਹਮ ਅਗਨੀ ਦੁਆਰਾ ਆਪਣੇ ਸਰੀਰ ਦਾ ਸੰਸਕਾਰ ਮਰਨ ਤੋਂ 1/2 ਘੰਟੇ ਬਾਅਦ ਕੀਤਾ। ਪਰ ਵਿਗਿਆਨ ਇਸ ਗੱਲ ਨੂੰ ਨਹੀਂ ਮੰਨਿਆ। ਇਸ ਕਰਕੇ ਇਹ 4 ਅੱਗਾਂ ਰੱਬ ਦੇ ਫਿਰ ਉੱਚੇ ਪਹਾੜਾਂ ਵਿੱਚ ਜਿਹੜੇ ਰਿਸ਼ੀ ਮੁਨੀ ਸਰੀਰ ਛੱਡਦੇ ਆ, ਉਹ ਬ੍ਰਹਮ ਅਗਨੀ ਦੁਆਰਾ ਆਪਣੇ ਸਰੀਰ ਦਾ ਸੰਸਕਾਰ ਕਰਦੇ ਆ। ਪਰ ਉਹ ਵਿਚਾਰ ਵਿਚਾਰ ਕਰੇ ਸੀ, ਜਿੰਨੇ ਮਰਦੇ ਹਨ ਉਹ ਮਰਨਾ ਨਹੀਂ ਚਾਹੁੰਦੇ। ਹੁਣ ਆਪਾਂ ਨੂੰ ਇਹ ਪਤਾ ਚੱਲ ਗਿਆ ਵੀ ਸਰੀਰ ਵਿੱਚ ਆਏ ਕਿਵੇਂ, ਉਸੇ ਰਸਤੇ ਵਾਪਸ ਜਾਣਾ। ਇਸ ਕਰਕੇ ਹੁਣ ਇਹ ਸਮਝ ਲਓ, ਜਦੋਂ ਜਾਨ ਨਿਕਲਦੀ ਆ ਨਾ, ਪ੍ਰਾਣ ਨਿਕਲਦੇ ਆ, ਆਮ ਤੌਰ 'ਤੇ 80% ਵਿਅਕਤੀਆਂ ਦੇ ਪ੍ਰਾਣ ਸ਼ੋਸ਼ਣ ਹੋਰ ਔਖਾ ਹੁੰਦਾ ਅਤੇ ਨਾਲ ਖੂਨ ਦੀ ਉਲਟ। ਪਰ ਜਿਹੜੇ ਰੱਬ ਦੇ ਪਿਆਰੇ ਉਹ 10ਵਾਂ ਦੁਆਰ ਖੋਲ੍ਹ ਲੈਂਦੇ ਜਿੱਥੋਂ ਦੀ ਆਏ ਸੀ ਉਸ ਰਸਤੇ। ਹੁਣ ਇਹ ਸਮਝ ਲਓ ਕਿ 9 ਦੁਆਰਿਆਂ ਵਿੱਚੋਂ ਜਾਨ ਨਿਕਲੇ ਤਾਂ ਘਾਟਾ ਕੀ ਹੈ, ਨੁਕਸਾਨ ਕੀ ਹੈ? ਜੇ 10ਵਾਂ ਖੋਲ੍ਹ ਕੇ ਉੱਥੋਂ ਦੀ ਸਰੀਰ ਛੱਡਿਆ ਜਾਏ, ਉਹਦਾ ਫਾਇਦਾ ਕੀ ਹੈ? ਸਤਿ ਸ਼੍ਰੀ ਅਕਾਲ ਜੀ। ਜਿਹੜੇ 9 ਦੁਆਰੇ ਆ ਨਾ,
ਇੱਥੇ ਸੰਸਾਰ ਵਿੱਚ ਹੀ ਜੁੜੇ, ਅੱਖਾਂ ਸੰਸਾਰ ਵੇਖਦੀਆਂ, ਮੂੰਹ ਇੱਥੋਂ ਦੇ। ਜਿਹੜੇ ਰੱਬ ਦੇ ਪਿਆਰੇ ਜਿਹਨਾਂ ਨੂੰ ਪਤਾ ਉਹ ਮਰਨ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਖੋਲ੍ਹਣਾ ਸਿੱਖ ਜਾਂਦੇ। ਇਹ ਕਿਸੇ ਵਰਮੇ ਨਾਲ ਕਿਸੇ ਪੇਸ਼ਰ ਨਾਲ ਨਹੀਂ ਖੁੱਲੂਗਾ। ਥੋੜ੍ਹਾ ਜਿਹਾ ਇਸ਼ਾਰਾ ਹੈ, ਇੱਧਰ ਸਮਾਂ ਵੀ ਨੇੜੇ ਲੱਗਿਆ, ਇਸ਼ਾਰਾ ਹੈ, ਬਹੁਤਿਆਂ ਨੇ ਖੋਲ੍ਹਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਧਰਮ ਪਤਨੀ ਮਾਤਾ ਜੀਤੋ ਜੀ ਨੂੰ ਪਤਾ ਚੱਲ ਗਿਆ ਤਾਂ ਇੱਕ ਦ੍ਰਿਸ਼ਟਾਂਤ ਆਇਆ ਕਿ ਆਹ ਕੁਛ ਹੋਊਗਾ। ਦੋ ਸਾਹਿਬਜ਼ਾਦੇ ਨੀਹਾਂ 'ਚ ਦਮ ਘੁੱਟਦੇ ਵੇਖੇ ਔਰ ਦੋ ਸਾਹਿਬਜ਼ਾਦੇ ਚਮਕੌਰ ਦੇ ਮੈਦਾਨ ਵਿੱਚ ਖੂਨ ਵਿੱਚ ਦਰਦ ਪਤ ਹੋਈਆਂ ਦੋਥਾਂ ਵੇਖੀਆਂ। ਮਾਛੀ ਵਾਲੇ ਸਫ਼ਰ ਦਾ ਹਾਲ ਨੰਗੇ ਪੈਰੀ ਰਾਤ ਦਾ ਸਮਾਂ ਅਤੇ ਮਾਤਾ ਜੀਤੋ ਜੀ ਜਦੋਂ ਬਹੁਤਾ ਧਿਆਨ ਸੁਪਨਾ ਆ ਜਾਏ ਉਦੋਂ ਬੰਦੇ ਦੀ ਅੱਖ ਖੋਲ੍ਹੇ ਜਾਂਦੇ। ਦੁੱਖਦਾਰ ਇੱਧਰ ਵੀ ਜਦੋਂ ਬਹੁਤਾ ਦੁੱਖ ਲੱਗੇ ਨਾ ਬੰਦਾ ਫਿਰ ਮਾਤਾ ਰੱਬ ਦੀ ਬੰਦਗੀ ਵੱਲ ਫਿਰ ਅੱਖ ਖੁੱਲ੍ਹਦੀ ਹੈ। ਔਰ ਗੁਰੂ ਧਿਆਨ ਕਰੋ ਇਹ ਬਾਹਰ ਨਾ ਕਰ। ਵਾਹਿਗੁਰੂ 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 ਰਾਮ 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 ਅੱਲਾ ਕੀ ਕਰ ਬੰਦਗੀ ਵਾਹਿਗੁਰੂ 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 ਐਸੇ ਮਰੋ ਇਹ ਬਹੁਤ ਨਾ ਮਰਨਾ। ਮਰਦਾ ਮਰਦਾ ਜਗ ਮੋਆ ਮਰਦਾ ਜਾਣਿਆ ਕੋ ਇੱਕ ਗੱਲ ਕਿਉਂਕਿ ਅਸੀਂ ਇਹ ਚੇਤਾ ਨਹੀਂ ਕੀਤਾ। ਇੱਕ ਮੈਂ ਘਟਨਾ ਸਾਡਾ ਪਿੰਡ ਚੌਂਕੇ ਹੈ, ਇੱਥੋਂ ਰਾਮਪੁਰੇ ਲਾਗੇ ਹੈ 100 ਕਿਲੋਮੀਟਰ ਦੇ ਲਗਭਗ ਥੋੜ੍ਹਾ ਜਿਹਾ ਸਾਡੇ ਪਿੰਡ ਇੱਕ ਵਿਅਕਤੀ ਦੀ ਮੌਤ, ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਸੱਚਾਈ ਹੈ। ਇੱਕ ਬੰਦੇ ਦੀ ਮੌਤ ਹੋਈ, ਉਹ ਰਾਤ ਨੂੰ ਮਰ ਗਿਆ ਅਤੇ ਜਦੋਂ ਜਿਉਂਦੀ ਹੋ ਗਈ ਅਤੇ ਉਹ ਆਸੋ ਜਿਉਂਦੀ ਹੋ ਗਈ ਅਤੇ ਇੱਕ ਪਿੰਡ ਵਿੱਚ ਦੂਸਰੀ ਆਸੋ ਉਹਦੇ ਗਾਂ ਨੇ ਟੱਕਰ ਮਾਰੀ ਅਤੇ ਉਹਦੀ ਜਾਨ ਨਿਕਲੀ ਅਤੇ ਇਹ ਜਿਉਂਦੀ ਹੋ ਗਈ। ਨੋ ਸੇਮ ਨੇ ਗਲਤੀ ਨਾਲ ਕਹਿਣ ਤੋਂ ਭਾਵ ਕਿ ਵੀ ਸਾਡੇ ਵਿੱਚੋਂ ਸਾਨੂੰ ਸਰੀਰ ਵਿੱਚੋਂ ਕੱਢ ਕੇ ਲੈ ਜਾਣਗੇ, ਪਰ ਜੇ ਅਸੀਂ ਆਪਣੇ ਆਪ ਚਲੇ ਜਾਈਏ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਐਸੇ, ਕਬੀਰ ਸਾਹਿਬ ਕਹਿੰਦੇ ਐਸੇ ਮਰੋ ਜੇ ਬਹੁਰ ਨਾ ਮਰੋ। ਸਰੀਰ ਛੱਡਣਾ ਕਿਵੇਂ ਹੈ, ਜਿੰਨੇ ਸੰਸਾਰੀ ਮਰਦੇ ਉਹਨਾਂ ਨੂੰ ਧੱਕੇ ਨਾਲ ਲੈ ਕੇ ਜਾਂਦੇ। ਉਹ ਤਾਂ ਕਹਿੰਦਾ ਓਪਰੇਸ਼ਨ ਕਰਾਓ, ਕੋਈ ਟੈਬਲੇਟ ਟੀਕਾ ਦਵਾਈ ਦਵਾਓ ਬਚਾਓ, ਪਰ ਮੌਤ ਛੱਡਦੀ ਨਹੀਂ। ਓਪਰੇਸ਼ਨ ਥੀਏਟਰ 'ਚ ਪਹੁੰਚ ਜਾਂਦੀ ਹੈ, ਉਹ ਜੈਡਸ ਰੱਖਿਆ ਵੀ ਤੋੜ ਦਿੰਦੀ ਹੈ, ਬਾਡੀ ਗਾਰਡ ਵੀ ਪਰੇ ਰਹਿ ਜਾਂਦੇ, ਭਾੜਾ ਫਿਰ ਵੀ ਵਰਤ ਜਾਂਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਮਰਦਾ ਮਰਦਾ ਜਗ ਮੋਆ ਮਰ ਵੀ ਨਾ ਜਾਣਿਆ ਕੋ ਮਰ ਵੀ ਨਾ ਜਾਣਿਆ ਕੋਏ ਮਰ ਵੀ ਨਾ ਜਾਣਿਆ ਕੋਏ ਮਰ ਵੀ ਨਾ ਜਾਣਿਆ ਕੋਏ ਮਰਦਾ ਮਰਦਾ ਜਗ ਮੋਆ ਮਰ ਵੀ ਨਾ ਜਾਣਿਆ ਕੋਏ ਮਰ ਵੀ ਨਾ ਜਾਣਿਆ ਕੋਏ ਵਾਹਿਗੁਰੂ। ਇਸ ਵਾਸਤੇ ਅਸੀਂ ਸਰੀਰ ਛੱਡਣਾ ਪਰ ਸਾਨੂੰ ਜਾਚ ਨਹੀਂ, ਉਦੋਂ ਸਾਡੇ ਨਾਲ ਧੱਕਾ ਹੋਊਗੇ, ਦੁੱਖ ਵੀ। ਉਹਨੂੰ ਤਾਂ ਲਿਖ ਦਿਓ ਵੀ ਉਹਦੀ ਰੈਜੀਡੈਂਸੀ ਸੁਰਗ 'ਚ, ਵਧੀਆ ਫਿਰ ਪਕੌੜੇ ਸਵਾਦ ਲੱਗਣਗੇ। ਪ੍ਰਮਾਣ ਕਿਵੇਂ ਦੇਵੇ ਦੇਵਾਂਗੇ ਵੀ ਨਰਕ ਪਾਸ ਹੈ, ਪ੍ਰਮਾਣ ਮਗਾ ਉਹਨਾਂ ਤੋਂ ਪੁੱਛਣਾ ਜਿਹੜੇ ਸੁਰਗ 'ਚ ਭੇਜਦੇ ਆ ਝੂਠ। ਇਸ ਕਰਕੇ ਅਸੀਂ ਸਾਰਿਆਂ ਨੂੰ ਸਵਾਦ ਵਾਸਤੇ ਭੇਜਿਆ, ਗੁਰਮਤਿ ਚਿਰ ਨਹੀਂ ਮੰਨਿਆ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੌਰਾ ਦੇ ਹਮ ਕਾਮ ਹੂੰ ਕੀ ਕਾਨ ਨ ਕੜ ਅਨਾ ਦੇ ਓਂਕਾਰ ਸਤਿਗੁਰ ਪ੍ਰਸਾਦ। ਜਿੰਨੀ ਜਿੰਨੀ ਪੰਗਤੀ ਆਉਂਦੀ ਹੈ ਸ਼ਰਧਾ ਨਾਲ ਬੈਠੋ, ਆਪਣਾ ਮੋਬਾਈਲ ਬੰਦ ਰੱਖਿਓ, ਇਹ ਜਿੰਨੀ ਜਿੰਨੀ ਪੰਗਤੀ ਆਉਂਦੀ ਹੈ ਸਾਰੀ ਸੰਗਤ ਜ਼ਰੂਰ ਬੋਲਿਓ।
आनंद पया मेरी माए सत गुरु मैं पाया सत गुरु तां पाया मैं तेरी मन दिया प्रसाद राग रतन परवार परियां शब्द गा बड़ान शब्द तारा रोसाई के राम मन तेरी बसाया कह नामी आनंद होवा सतगुरु मैं पाया हे मानो मेरे आगो सदा रहो हर लाल रहो तू मन में दुख सब सारा रंगी करू करे तेरा काज सबत सब नगन सम्राट स्वामी सो क्यों मनो बिसारे राजे साहिबा क्या नहीं करते सदा शिव दसना है तेरी नाम मान बतावे नाम दिन कर मन सच करते राजा नाम मेरा यारो राज नाम सरदार मेरा दिन कर शांत सुख मन आई बसिया जिन इच्छा सब बजाया सदा गुरुवार कह नानक सुनियो तुम शब्द करो राजा नाम मेरा दारो पाके पंच कर सुपाके शब्द बाजे करा जित कर आया पंच दूर दूर वासु कीते साल संत दूर कर्म काया तुझ जिन को से नाम हर कहलागे कह नानक मैं तुको दुख रोग संतान पंडित कहते देख तू न झूठी है किन किन भूलन हार भक्षण हार वाहेगुरु 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 रंगले सजने अरदास इक्के बारी हुई अंतम अरदास इक्के बारी इक्के समय मुड़के नहीं हुई मुड़के तो वर्षिया हुई अच असी उस अरदास जुड़ सके सारी संगत खड़े हो जाओ तो ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦੱਸੇ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅਮਰਦੇ ਦਾਤੇ ਸਭ ਥਾਂ ਹੋ ਸਾਹਿਬ ਦਸਾਂ ਪਾਤਸ਼ਾਹ ਸਰਦਾ ਸੁਰ ਤਖ ਚੌੜ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਦਾ ਬੋਲੋ ਜੀ ਬਣਿਆ ਪਿਆਰਿਆਂ ਚੌਂ ਸਰਦਾਰਿਆਂ ਚਾਲੀ ਮੁਖਿਆ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਦਾ ਨਾਮ ਜਪਿਆ ਵੰਡ ਛਕਿਆ ਦੇਗ ਜਲਾਈ ਦੇਗ ਬਾਈ ਧਰਮ ਹੇਠ ਸਿਰੇ ਫਕਰੀਆਂ ਪੁਰਾਣੀਆਂ ਬੰਦ ਬੰਦ ਕਟਵਾਏ ਆਰਨ ਅਸੀਂ ਚੱਲਦੇ ਗੰਜ ਵਾਲ ਕੇ ਚਰਖੇ ਚੜੇ
ਟੁਕੜਾ ਟੁਕੜਾ ਕਰਵਾ ਬੱਚਿਆਂ ਝੋਲੇ ਚ ਪਾਇਆ ਸਿੱਖੀ ਸਿੱਧ ਕੇ ਸਵਾਸਾ ਸੰਘ ਨਵਾਇਆ ਦੇਖ ਕੇ ਲੁੱਟਾ ਗੁਰਦੁਆਰਾ ਸਾਹਿਬਾਂ ਨੇ ਕਰਵਾਉਣੇ ਕਿ ਧਰਮ ਨੇ ਹਾਰਿਆ ਤੇਰਾ ਸਮੋਹ ਸ਼ੀਸ਼ਾਂ ਦੀ ਸੰਤਾਂ ਭਗਤਾਂ ਦੀ ਕਮਾਈ ਦਾ ਧਿਆਨ ਦਾ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਖਾਂ ਚ ਨਾਮ ਬਣੇ ਸਿਮਰਨ ਦਾ ਧਿਆਨ ਦਾ ਬੋਲੋ ਜੀ ਇੱਥੇ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹ ਚਿੱਤਾ ਵੇ ਚਿੱਤਾਨ ਕਾ ਸਦਕਾ ਸਤਿ ਸ੍ਰੀ ਜਾਂ ਦਾ ਖਾਲਸਾ ਜੀ ਸਤਸੰਗ ਦਾ ਵਿਚਾਰਾ ਦੇ ਕੇ ਕਦੇ ਬਿੰਦ ਕੇ ਪੈਰਾਂ ਚ ਪੰਥ ਕੇ ਜੀ ਸਹਾਇ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸੱਚੇ ਪਾਤਸ਼ਾਹ ਜਸਵਿੰਦਰ ਸਿੰਘ ਜੀ ਗਾਂਧੀ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਇਕੱਲੇ ਹੋਏ ਆਏ ਸੀ ਉਹਨਾਂ ਨੇ ਬੜੇ ਪਰਉਪਕਾਰ ਕੀਤੇ ਸੱਚੇ ਪਾਤਸ਼ਾਹ ਉਹਨਾਂ ਨੇ ਬੱਚਿਆਂ ਦੇ ਪੜ੍ਹਾਉਣ ਵਾਸਤੇ ਅਕੈਡਮੀ ਬਣਾਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵਾਕ ਦੇ ਅਨੁਸਾਰ ਆਪ ਉਹਨਾਂ ਨੇ ਜੀਵਨ ਬਤੀਤ ਕੀਤਾ ਪਰਮ ਗੁਰਮੁਖ ਬਤੀਤ ਕੀਤਾ ਆਪ ਦੇ ਹੁਕਮ ਦੇ ਵਿੱਚ ਆਪ ਨੇ ਬੁਲਾ ਲਿਆ ਉਹਨਾਂ ਨੂੰ ਫਿਰ ਮਹਾਂਪੁਰਸ਼ ਬਣਾ ਕੇ ਇੱਥੇ ਭੇਜੋ ਮਹਾਰਾਜ ਇਸ ਸੰਸਾਰ 'ਚ ਤਾਂ ਜੋ ਆਪ ਜੀ ਦੇ ਹੁਕਮ ਵਿੱਚ ਪਰਉਪਕਾਰ ਦੇ ਕੰਮ ਕਰਕੇ ਆਪ ਜੀ ਦੀ ਹੋਰ ਖੁਸ਼ੀ ਰਹਿਣ ਪਰਿਵਾਰ ਅਤੇ ਮਿਹਰ ਪਰ ਅੱਖਾਂ 'ਚ ਗੀਤਾਂ ਮੰਗਿਆ ਨਾਮ ਨਾਲ ਚੜ੍ਹਦੀ ਕਰਿਆ ਉਹਨਾਂ ਪਾਣਾ ਮਨ ਦੀ ਤਾਕਤ ਵਸੋ ਸੱਚੇ ਪਾਤਸ਼ਾਹ ਸਾਰਿਆਂ ਦੇ ਮਿਹਰ ਪਰ ਸਿੱਖੀ ਤੁਹਾਨੂੰ ਮਨ ਨਾਲ ਨਾਲ ਚੜ੍ਹ ਜਾ ਕਰ ਸੱਚੇ ਪਾਤਸ਼ਾਹ ਆਪ ਗੁਰਨਾਮਾ ਬਖਸ਼ ਕੇ ਸੱਚੇ ਪਾਤਸ਼ਾਹ ਕਰਤਾਰ ਠਹਿਰੋ ਆਪ ਦੇ ਬਖਸ਼ੇ ਹੋਏ ਭੰਡਾਰਾਂ ਜੋ ਗ੍ਰਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਪ੍ਰਸ਼ਾਦ ਸਾਹ ਸੰਗਤ ਚੜ੍ਹਦੇ ਸਹੀ ਪਿਆਰੇ ਮਿਹਰ ਜਿਹੜਾ ਮੇਰਾ ਤੇਰਾ ਨਾਮ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪ੍ਰਾਗੀ ਜੋ ਪ੍ਰਭ ਕੋ ਮਿਲ ਕੋ ਜੈ ਕੋ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋ ਖੁਆਰ ਹੋਏ ਸਭ ਮਿਲੇਗੇ ਬਚੇ ਖੁਆਰ ਹੋਏ ਸਭ ਮਿਲੇਗੇ ਬਚੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਣਾ ਰਾਓ ਨਗੁਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਵੰਦੈ ਧੀਰ ਜਿਹਾ ਚਿਰ ਲਿਖਿਆ ਤਿਹਾ ਹੁਕਮ ਕਵਾਹੇ ਕੱਲੇ ਆਵੇ ਨਾਨਕਾ ਸਤੈ ਉਠੇ ਜਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪਿਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਿਰਤ ਪਾਲੋ ਹਮ ਵਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪਿਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਿਰਤ ਪਾਲੋ ਹਮ ਵਾਰਕ ਤੁਮਰੇ ਤਾਰੇ ਜਿਹਵਾ ਏਕ ਕਾਵਨ ਗੁਣ ਕਹੀਐ ਵੇਸ ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ
कोट पराध हमारे खंड हो अनक विधि समझावो हम अज्ञान अल्प मत थोरे तुम अपन बिरद रखावो तुम्हारी शरण तुम्हारी आसा तुम ही सजन सहेले राखो राखन हार दयाला नानक करके गोले तुम्हारे शरण तुम्हारी आसा तुम ही सजन सहेले राखो राखन हार दयाला नानक करके गोले वाहेगुरु जी का खालसा वाहेगुरु जी की फतेह। गुरु रूप साहिब जी संगत हर प्रभु से जियो वाहेगुरु जी का खालसा वाहेगुरु जी की फतेह। सत्संग जी आज असी भाई जसविंदर सिंह जी की लाली जी की याद इतने बैठे हाँ जो अपना संसार चा के अपना जीवन सफला करके नाम बन जप के हर उपकार के काम करके आप जी के हुक्म अकाल पुरख के हुक्म भेजे से अकाल पुरख के हुक्म लै गया उन्होंने गुरमुखो पल आवे नानका उठ चले उठ जाए उन्होंने हुक्म आदमी आता है उसके हुक्म आता है क्योंकि ये तो कोई अज तक नहीं सारी उम्र रहा आज सारी उम्र जरा आ 500 साल सिर्फ एक मारकंडे ते कोध गए जिन तन मूंड बुलाए 500 साल कहते ना मारकंडा रहा सी और मारकंडा हमेशा ही झुग्गी च रहा सी ते सारे कहते सी कि महाराज तुहाडा मंदिर बना दिए इत्थे पक्का मंदिर बना दिए मारकंडा उहदे दरान दरिया भी है ना नां तुहांदा तो कहते थोड़ा ना तो महाराज बनाइए उत्ते मंदिर बनाइए बनाने कहना कल का की भरोसा कल का भरोसा करते करते 500 साल रहा सानू गुरु मेरे को हर वक्त याद रखना चाहता सच्चे पातशाह तू जेड़ा दिन बख्शिया आ ये अपने चरणा च लाई और कल आप बख्शिश करी कल का जेड़ा दिन है वह भी अपने बनाई गुरमुखो जो आया सो चल सी सब कोई अपनी वारी वारी है सारे अपने वार वार के मुताबिक आते ने जाते ने उसके हुक्म आते ने इन्होंने जो पर पकार करके गए ने हुक्मनामा बहुत महाराज की बख्शिश की उन्होंने जो हुक्मनामा आया आ उन्होंने बिल्कुल जो उन्होंने सारी गुरु साहब की मेहर ली आ बख्शिश ली अपने पर पकार के काम न महाराज ने आशीर्वाद दी हुक्मनामे बाकी गुरमुखो उन्होंने सब तो वड्डा परोपकार किया कि जेड़ा अकैडमी खुलाई स्कूल खुलाया जिथे बच्चे पढ़ते हैं यह इस तो वड्डा परोपकार कोई नहीं है गुरमुख भावे असी संत सोने के गुरद्वारे बना दिए संत सोने के गुरद्वारे बना दिए मंदिर बना दिए वह इन्ना फल नहीं हुंदा जिन्ना एक आप बच्चे गुरु नाल जोड़ दिए उन्होंने शब्द सिखा दिए ये बाणी च गुरुद्वार गुरु गुरु ग्रंथ साहब जी महाराज कहते हैं जैसे सात मंदिर कंचन के सार दीजे तैसा पुन सिखो शब्द सिखाएगा सत सोने के मंदिर बना दिए और नहीं इन्ना पुन हों जिन्ना एक बच्चे अपना शब्द सिखा दिए परमात्मा जोड़ दिए उन्होंने विद्या दे दी तो इस वाला उन्होंने परिवार की है अकैडमी के बच्चे आ के पढ़ते भी ने नाले नाम बन भी जपते हैं ना बन जपते जड़े ने और ना बाणी उन्होंने लगी कि उन्होंने वाहिगुरु सानू लगी भावे जिंदा होया भी उन्होंने बरकत पई ने और उस तो बाद भी सारे परिवार को भी बख्शिश होएगी जी अकाल अकैडमी के बच्चे जो नाम बन जपते ने जाते आते हुए पहले स्कूल तो पहले नेत्रिम करते हैं फिर गुरमुख पढ़ाई भी चंगी होंगी पी आ शाम भी अपने राय रस करते जाके तो कहता भाव है इस तो वड्डा पर उपकार कोई नहीं मैं तुम दसा संत अतर सिंह महाराज ने मस्तवाने जो डेरा लाया संत अतर सिंह महाराज चार युग के ब्रह्म ग्ञानी सन चार युग के ब्रह्म ग्ञानी होए ने
ਉੱਥੇ ਡੇਰਾ ਲਾਇਆ ਤੇ ਉਹਨਾਂ ਨੇ ਗੁਰਦੁਆਰਾ ਛੋਟਾ ਬਣਾਇਆ ਤੇ ਉਹਨਾਂ ਨੇ ਲੜਕਿਆਂ ਦਾ ਕਾਲਜ ਬਣਾਇਆ, ਲੜਕਿਆਂ ਦਾ ਸਕੂਲ ਬਣਾਇਆ, ਲੜਕੀਆਂ ਦਾ ਕਾਲਜ ਬਣਾਇਆ, ਲੜਕਿਆਂ ਦਾ ਕਾਲਜ ਬਣਾਇਆ। ਉਹ ਬਹੁਤ ਵੱਡੀਆਂ ਬਿਲਡਿੰਗਾਂ ਨੇ, ਜਾ ਕੇ ਵੀ ਅੱਜ ਤੱਕ ਤੁਹਾਨੂੰ ਪਤਾ ਲੱਗਿਆ ਕਿੰਨੀਆਂ ਵੱਡੀਆਂ ਬਿਲਡਿੰਗਾਂ ਨੇ। ਜਿੰਨੇ ਮਹਾਂਪੁਰਸ਼ ਆਉਂਦੇ ਹੁੰਦੇ ਸੀ ਉਹਨਾਂ ਕੋਲ, ਉਹਨਾਂ ਨੂੰ ਠਾਕਰ ਜੀ ਕਹਿੰਦੇ, ਸ਼ਰਮਣੀ ਠਾਕਰ ਜੀ ਇਹ ਕੀ ਕੀਤਾ ਤੁਸੀਂ ਗੁਰੂ ਘਰ ਛੋਟਾ ਬਣਾਇਆ, ਇਹ ਕੁੜੀਆਂ ਮੁੰਡੀਆਂ ਦੀਆਂ ਬਿਲਡਿੰਗਾਂ ਵੱਡੀਆਂ ਬਣਾ ਦਿੱਤੀਆਂ। ਤੇ ਮਹਾਰਾਜ ਮੁਸਕਰਾ ਕਹਿੰਦੇ, ਇਹਨਾਂ ਚੋਂ ਗੁਰੂ ਨਾਨਕ ਦੀ ਸਿੱਖੀ ਨਿਕਲਣੀ ਆ, ਇਹ ਜਿਹੜੀ ਬਿਲਡਿੰਗਾਂ ਬਣੀਆਂ ਸਕੂਲ ਕਾਲਜ ਦੀਆਂ, ਇਹਨਾਂ ਤੋਂ ਗੁਰੂ ਨਾਨਕ ਦੀ ਸਿੱਖੀ ਨਿਕਲਣੀ ਆ। ਗੁਰਮੁਖ ਉਹੀ ਆ, ਅਕਾਲ ਅਕਾਡਮੀ ਵਿੱਚ ਜਾ ਕੇ ਜਿਹੜਾ ਬੱਚਾ ਪੜ੍ਹ ਗਿਆ ਉਹ ਰੱਬ ਨਾਲ ਜੁੜ ਗਿਆ, ਉਹ ਚੰਗੀ ਪੜ੍ਹਾਈ ਵੀ ਕਰ ਲਈ। ਤੇ ਇਹ ਤਾਂ ਮੈਂ ਦੱਸ ਰਿਹਾ ਕਿ ਸ਼ਬਦ ਆ ਗੁਰਬਾਣੀ ਚ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੇਣੇ ਤੈਸਾ ਪੁੰਨ ਸਿੱਖੋ ਇੱਕ ਸ਼ਬਦ ਸਜਾਏਗਾ। ਸੱਤ ਸੋਹਣੇ ਦੇ ਮੰਦਰ ਚ ਗੁਰਦੁਆਰੇ ਬਣਾ ਕੇ ਦਾਨ ਪੁੰਨ ਕਰਦੀ ਹੈ, ਬਰਾਬਰ ਹੀ ਨਹੀਂ ਕਰ ਸਕਦੀ। ਇੱਕ ਸਿੱਖ ਨੂੰ ਇੱਕ ਬੱਚੇ ਨੂੰ ਤੁਸੀਂ ਗੁਰੂ ਨਾਲ ਜੋੜ ਦਿਓ, ਪੜ੍ਹਾਈ ਕਰਾ ਦਿਓ, ਵਿੱਦਿਆ ਦੇ ਦਿਓ, ਉਹ ਤਾਂ ਬਰਾਬਰ ਨਹੀਂ ਹੋ ਸਕਦਾ। ਉਹਨਾਂ ਦੇ ਮਾਰ ਅਤੇ ਅਕੈਡਮੀ ਦੇ ਵਿੱਚ ਕਿੰਨੇ ਬੱਚੇ ਨਾਮ ਜਪਦੇ ਨੇ, ਉਹ ਸਾਰੇ ਜਣ ਨਾਮ ਜਾਂਦੇ ਨੇ, ਬਾਣੀ ਪੜ੍ਹਦੇ ਨੇ, ਫਿਰ ਕਰਦੇ ਨੇ, ਉਹ ਸਾਰੀਆਂ ਅਰਦਾਸਾਂ ਉਹਨਾਂ ਨੂੰ ਜਾਣੀਆਂ ਨੇ। ਔਰ ਅਸੀਂ ਕਹਿੰਦੇ ਹਾਂ ਵੀ ਉਹ ਕੌਣ ਕਰੋ ਜਾ ਰਹੇ ਤੇ ਚੱਲ ਪਿਆ, ਉਹ ਗੁਰਮੁਖ ਚੱਲ ਗਿਆ, ਉਹਨੇ ਫਿਰ ਆ ਜਾਣਾ, ਇਹ ਸਫ਼ਰ ਹੈ ਜ਼ਿੰਦਗੀ ਦਾ। ਫਿਰ ਚੰਗੀ ਦਾ ਸਫ਼ਰ ਕਰਕੇ ਚੱਲ ਗਿਆ, ਸਾਡੇ ਪਾਣੀ ਤੇ ਸਾਨੂੰ ਦਿਸਦਾ ਨਹੀਂ, ਪਰ ਇਸ ਲਈ ਵੀ ਉਹ ਦੀਵਾਨ ਚ ਆਪਣਾ ਸੁਣ ਰਹੇ ਨੇ, ਉਹਨਾਂ ਦਾ ਅੰਤਵਾਹਿਕ ਸ੍ਰੀ ਜਿਹੜਾ ਸੁਣ ਰਿਹਾ ਹੈ, ਜੋ ਗੁਰਬਾਣੀ ਵੀ ਸੁਣ ਰਿਹਾ, ਸਭ ਕੁਛ ਸੁਣ ਰਿਹਾ, ਮੇਰੀਆਂ ਗੱਲਾਂ ਵੀ ਉਹ ਸੁਣ ਰਿਹਾ। ਉਹਨਾਂ ਦਾ ਅੰਤਵਾਹਿਕ ਸੀ, ਅੰਤਵਾਹਿਕ ਸਰੀਰ ਹੁੰਦਾ ਜਿਹਨੂੰ ਸਟਲ ਬਾਡੀ ਹੁੰਦੀ ਆ, ਫਿਜੀਕਲ ਬਾਡੀ ਨਹੀਂ ਹੁੰਦੀ, ਇੱਕ ਜਿਹੜਾ ਅੰਤਵਾਹਿਕ ਸਰੀਰ ਮਨ ਜਿਹੜਾ ਹੁੰਦਾ ਔਰ ਆਤਮਾ ਜਿਹੜੀ ਆ ਉਹ ਹਮੇਸ਼ਾ ਅੱਜ ਪਰਵੇਸ਼ ਕਰਦੀ। ਤੇ ਉਹਨਾਂ ਦਾ ਕੁਦਰਤੀ ਗੱਲ ਹੈ ਕਿ ਇੰਨਾ ਨਾਮ ਮਨ ਜਪਣ ਵਾਲਾ ਸੀ ਔਰ ਇੰਨਾ ਵੱਡਾ ਪਰਪਕਾਰ ਕੀਤਾ ਕਿ ਇੰਨੇ ਬੱਚਿਆਂ ਨੂੰ ਵਿੱਦਿਆ ਦੇਣੀ, ਇਹ ਗੁਰਮੁਖ ਇਸ ਤੋਂ ਵੱਡਾ ਦਾਨ ਕੋਈ ਨਹੀਂ। ਔਰ ਇਹ ਜੋ ਕਰਕੇ ਗਏ ਨੇ ਇਹਦੇ ਇਹੋ ਹੀ ਉਹਨਾਂ ਨੂੰ ਫਲ ਉੱਥੇ ਜਾ ਕੇ ਲੱਗਣਾ। ਔਰ ਫਿਰ ਮਹਾਰਾਜ ਉਹਨਾਂ ਨੂੰ ਬੜੇ ਜਿਸ ਤਰ੍ਹਾਂ ਹੁਕਮਨਾਮਾ ਆਇਆ, ਫਿਰ ਮਹਾਰਾਜ ਉਹਨੂੰ ਸੂਰਬੀ ਬਣਾ ਕੇ ਮਹਾਂਪੁਰਸ਼ ਬਣਾ ਕੇ ਭੇਜੇਗਾ, ਉਹ ਬੜੇ ਪਰਪਕਾਰੀ ਕੰਮ, ਬੜੇ ਪਰਪਕਾਰ ਦੇ ਕੰਮ ਕਰਨਗੇ। ਇਹ ਇੱਕ ਹਰ ਇੱਕ ਨੂੰ ਸੋਚਣਾ ਚਾਹੀਦਾ ਕਿ ਇਹ ਤੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਉਣਾ ਜਾਣਾ, ਇਹਦੇ ਵਿੱਚ ਕੋਈ ਰੱਖ ਨਹੀਂ ਸਕਦਾ। ਅੱਜ ਤੱਕ ਬੜੇ ਬੜੇ ਅਵਤਾਰ ਜਿਹੜੇ ਨੇ ਉਹ ਨਹੀਂ ਰਹਿ ਸਕੇ, ਵਾਰ ਕੰਡਾ ਹੀ 500 ਸਾਲ ਰਹਿ ਕੇ ਉਹ ਵੀ ਚੱਲ ਵਸਿਆ। ਤੋ ਕਹਿੰਦਾ ਭਾਵ ਆ ਵੀ ਜੇ ਉਹ ਆਇਆ ਤੋਂ ਚੱਲ ਸੀ, ਸਭ ਕੋਈ ਆਪਣੀ ਵਾਰੀ ਵਾਰੀ ਹੈ, ਆਪਣੀ ਵਾਰੀ ਵਾਰ ਦੇ ਮੁਤਾਬਕ ਸਾਰੇ ਚੱਲ ਜਾਂਦੇ ਨੇ। ਤੇ ਕਹਿੰਦਾ ਭਾਵ ਹੈ ਉਹਦੇ ਹੁਕਮ ਦੇ ਵਿੱਚ